ਪਾਣੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਸੀਗੀਆਂ ਚਾਹ ਅਕਾਲੀ ਦਲ ਬੀਜੇਪੀ ਹੋਗੀ ਚਾਹ ਕਾਂਗਰਸ ਪਾਰਟੀ ਹੋਗੀ ਇਹ ਇਲੈਕਸ਼ਨ ਦੇਖ ਕੇ ਕੰਮ ਕਰਦੇ ਸੀਗੇ ਕਿ ਇਲੈਕਸ਼ਨ ਆ ਗਈ ਪਾਰਲੀਮੈਂਟ ਦੀ ਇਲੈਕਸ਼ਨ ਆ ਗਈ ਬਸਟ ਦੇ ਵਿੱਚ ਕੋਈ ਨਾ ਕੋਈ ਪ੍ਰਵੀਜ਼ਨ ਕਰ ਦੋ ਇਹ ਕਰਦੇ ਸੀ ਕਿ ਅਸੈਂਬਲੀ ਦੀ ਇਲੈਕਸ਼ਨ ਆ ਗਈ ਕੋਈ ਨਾ ਕੋਈ ਕੰਮ ਕਰ ਲਓ ਇਹ ਸਾਢੇ 4-4 ਸਾਲ ਜੇ ਪਾਰਲੀਮੈਂਟ ਦੀ ਇਲੈਕਸ਼ਨ ਆਉਂਦੀ ਸੀ ਤੇ 4 ਸਾਲ ਚੁੱਪ ਰਹਿੰਦੇ ਸੀ ਜੇ ਵਿਧਾਨ ਸਭਾ ਦੀ ਇਲੈਕਸ਼ਨ ਆਉਂਦੀ ਸੀ 4 ਸਾਲ ਚੁੱਪ ਰਹਿੰਦੇ ਸੀ ਲਾਸਟ ইয়ার ਸਾਲ ਕੰਮ ਕਰਦੇ ਸੀ ਸਾਡੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲੇ ਸਾਲ ਹੀ ਪੰਜਾਬ ਦੇ ਲੋਕਾਂ ਦੇ ਹੱਕ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਪਹਿਲੇ ਸਾਲ ਤੋਂ ਲੈ ਕੇ ਦੂਜਾ ਸਾਲ ਅੱਜ ਕੰਪਲੀਟ ਹੋ ਗਿਆ 2 ਸਾਲ ਦਾ 2 ਸਾਲ ਦਾ ਸਮਾਂ ਕੰਪਲੀਟ ਹੋ ਚੁੱਕਿਆਗਾ ਲਗਭਗ ਥੋੜੇ ਦਿਨ ਬਾਕੀ ਨੇਗੇ ਦੋਹਾਂ ਸਾਲਾਂ ਦੇ ਦੌਰਾਨ ਅਸੀਂ 40337 ਨੌਕਰੀਆਂ ਪੰਜਾਬ ਦੇ ਬੱਚਿਆਂ ਨੂੰ ਦੇ ਚੁੱਕੇ ਹਾਂ ਕੱਲ اپੋਜੀਸ਼ਨ ਨੇ ਸਵਾਲ ਪੁੱਛਿਆ ਸੀਗਾ ਅਸੀਂ ਆਪਦਾ ਅੰਕੜਾ ਪੰਜਾਬ ਦੀ ਪਵਿੱਤਰ ਵਿਧਾਨ ਸਭਾ ਦੇ ਅੰਦਰ ਰੱਖਿਆ ਕਿ ਆ ਅੰਕੜਾ ਲੈ ਲਓ ਜਾ ਕੇ ਉਹਨਾਂ ਬੱਚਿਆਂ ਨੂੰ ਮਿਲ ਲਓ ਜਿਨ੍ਹਾਂ ਨੂੰ ਨੌਕਰੀ ਮਿਲੀ ਹੈ ਕਿਉਂਕਿ ਇਹਨਾਂ ਦੇ ਬੱਚੇ ਤਾਂ ਅਪਲਾਈ ਦੀ ਕਰਦੇ ਇਹਨਾਂ ਦੇ ਚਾਚੇ ਤਾਈ ਤਾਂ ਅਪਲਾਈ ਨਹੀਂ ਕਰਦੇ ਆਮ ਲੋਕ ਅਪਲਾਈ ਕਰਦੇ ਨੇ ਸੋ ਆਮ ਲੋਕਾਂ ਦੀ ਪਹੁੰਚ ਤੋਂ ਇਹ ਲੀਡਰ ਦੂਰ ਲਹਿ ਗਏ ਸੋ 40000 ਤੋਂ ਉੱਪਰ ਨੌਕਰੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਦੋਆਂ ਸਾਲਾਂ ਚ ਪੰਜਾਬ ਦੇ ਅੰਦਰ ਦੇਤੀਆਂ ਅੱਜ ਫੇਰ ਦੇਖੋ ਅੱਜ ਫੇਰ ਸੰਗਰੂਰ ਦੇ ਅੰਦਰ ਲੱਡਾ ਕੋਠੀ ਆ ਅੱਜ ਲਗਭਗ 2500 ਬੱਚਿਆਂ ਨੂੰ ਉੱਥੇ ਰੋਜ਼ਗਾਰ ਦਾ ਜਿਹੜਾ ਹੈਗਾ ਸਰਟੀਫਿਕੇਟ ਵੰਡੇ ਜਾ ਰਹੇ ਨੇਗੇ ਅੱਜ ਉਹਨਾਂ ਨੂੰ ਯੋਗਤੀ ਪੱਤਰ ਵੰਡੇ ਜਾ ਰਹੇ ਨੇਗੇ ਸੋ ਇਹ ਸਾਡੀ ਮੈਂ ਸਮਝਦਾ ਬਹੁਤ ਵੱਡੀ ਜਿਹੜੀ ਆ ਪ੍ਰੋਗਰੈਸ ਆ ਗਈ ਕਿ ਅਸੀਂ ਪਹਿਲੇ ਸਾਲ ਹੀ ਕੰਮ ਚ ਆ ਗਏ ਅਸੀਂ ਇਹ ਨਹੀਂ ਦੇਖਿਆ ਕਿ ਪਹਿਲਾ ਦੂਜਾ ਤੀਜਾ ਸਾਲ ਇਲੈਕਸ਼ਨ ਕਦੋਂ ਹੋਣਗੇ ਆ ਅਸੀਂ ਲੋਕਾਂ ਦੇ ਕੰਮ ਕਰ ਰਹੇ ਨੇ ਇਹੀ ਤਾਂ ਬਦਲਾਅ ਆਗਾ ਇਹੀ ਤਾਂ ਸਿਸਟਮ ਬਦਲਿਆ ਕਿ ਸਰਕਾਰ ਪਹਿਲੇ ਸਾਲ ਹੀ ਐਕਸ਼ਨ ਮੋਡ ਚ ਆ ਪਹਿਲੇ ਸਾਲ ਹੀ ਕੰਮ ਦੇ ਮੋਡ ਚ ਆ ਅਸੀਂ ਪਹਿਲੇ ਸਾਲ ਹੀ ਪੰਜਾਬ ਦੇ ਅੰਦਰ ਸਾਡਾ ਵਾਦਾ ਸੀਗਾ ਕਿ 300 ਯੂਨਟ ਫ੍ਰੀ ਆਫ ਕੋਸਟ ਇਲੈਕਟ੍ਰਿਸਿਟੀ ਦੇਣ ਦਾ ਉਹ ਪਹਿਲੇ ਤਿੰਨ ਮਹੀਨਿਆਂ ਚ ਸਰਕਾਰ ਬਣਨ ਤੋਂ ਪਹਿਲੇ 3 ਮਹੀਨਿਆਂ ਚੋਂ ਪੰਜਾਬ ਚ ਲਾਗੂ ਕਰਤਾ ਸਾਡਾ ਵਾਅਦਾ ਸੀਗਾ ਕਿ ਸਕੂਲ ਆਫ ਫੈਮਿਨਸ ਪੜਾਵਾਂਗੇ ਸਾਡੇ ਅਧਿਆਪਕਾਂ ਨੂੰ ਬਾਹਰਲੇ ਦੇਸ਼ਾਂ ਦੇ ਅੰਦਰ ਅੱਛੀ ਇੰਸਟੀਚਿਊਸ਼ਨ ਦੇ ਅੰਦਰ ਸਿਖਲਾਈ ਲੈਣ ਲਈ ਭੇਜਾਂਗੇ ਤਾਂ ਕਿ ਸਾਡੇ ਟੀਚਰ ਉਥੋਂ ਅੱਛੀ ਸਿੱਖਲਾਈ ਲੈ ਕੇ ਆਉਣ ਔਰ ਅੱਛੀ ਸਿੱਖਲਾਈ ਲੈ ਕੇ ਸਾਡੇ ਬੱਚਿਆਂ ਨੂੰ ਪੜਾਉਣ ਤਾਂ ਕਿ ਸਾਡੇ ਬੱਚੇ ਵੀ ਜਿਹੜੇ ਗੁੜਾਤਮਕ ਸਿੱਖਿਆ ਜਿਹਨੂੰ ਆਪਾਂ ਕਹਿੰਦੇ ਆ ਉਹ ਹਾਸਲ ਕਰ ਸਕਣ ਸੋ ਇਹ ਸਾਡਾ ਵਿਜ਼ਨ ਸੀਗਾ ਅਸੀਂ ਉਹਦੇ ਤੇ ਲੱਗੇ ਹੋਏ ਹਾਂਗੇ ਬਿਲਕੁਲ ਸਕੂਲ ਆਫ ਫੈਮਿਨਸ ਬੰਨੇ ਸਟਾਰਟ ਹੋਗੇ ਸਾਰੇ ਕਮਤੇ ਅਸੀਂ ਜਿਹੜਾ ਲੱਗੇ ਹੋਏ ਹਾਂਗੇ ਔਰ ਦੂਜਾ ਪੰਜਾਬ ਦੇ ਅੰਦਰ ਸਿਹਤ ਸੇਵਾਵਾਂ ਦੀ ਗੱਲ ਸੀਗੀ ਕਿ ਜਿਹੜੀਆਂ ਸਿਹਤ ਸੇਵਾਵਾਂ ਪ੍ਰਾਣੀਆਂ ਕਾਲੀਆਂ ਕਾਂਗਰਸੀਆਂ ਭਾਜਪੀ ਦੇ ਸਮੇਂ ਦੇ ਵਿੱਚ ਬਿਲਕੁਲ ਬੱਦ ਤੋਂ ਬੱਤਰ ਹੋ ਚੁੱਕੀਆਂ ਸੀਗੀਆਂ ਜਿਹੜੇ ਸਾਨੂੰ ਲੋਕਾਂ ਨੂੰ ਮਹਿੰਗੇ ਮਹਿੰਗੇ ਪ੍ਰਾਈਵੇਟ ਹਸਪਤਾਲਾਂ ਤੇ ਲਾਜ ਕਰਉਣਾ ਪੈਂਦਾ ਸੀਗਾ ਅੱਜ ਅਸੀਂ ਮਹੱਲਾ ਕਲੀਨਿਕ ਤੋਂ ਲੈ ਕੇ ਸਰਕਾਰੀ ਹਸਪਤਾਲ ਜਿਹੜੇ ਨੇ ਉਹ ਅਪਗ੍ਰੇਡ ਕੀਤੇ ਨੇ ਮਹੱਲਾ ਕਲੀਨਿਕ 800 ਤੋਂ ਉੱਪਰ 850 ਤੋਂ ਉੱਪਰ ਪੰਜਾਬ ਜਿਹੜੇ ਨੇ ਕਿ ਉਹ ਕੰਮ ਕਰ ਰਹੇ ਨੇ 1 ਕਰੋੜ ਤੋਂ ਉੱਪਰ 1 ਕਰੋੜ ਤੋਂ ਉੱਪਰ ਜਿਹੜਾ ਹੈਗਾ ਲੋਕਾਂ ਦਾ ਮੁਫਤ ਇਲਾਜ ਤੇ ਅੱਛੇ ਟੈਸਟ ਜਿਹੜੇ ਉਹਨਾਂ ਚ ਹੋਏ ਨੇਗੇ ਇੱਕ ਬਹੁਤ ਵੱਡੀ ਸਿਹਤ ਦੇ ਅੰਦਰ ਕ੍ਰਾਂਤੀ ਜਿਹੜੀ ਹੈ ਕ੍ਰਾਂਤੀਕਾਰੀ ਕਦਮ ਸਰਕਾਰ ਨੇ ਪੁੱਟਿਆ ਹੈ ਇਸੇ ਤਰ੍ਹਾਂ ਜੇ ਮੈਂ ਐਗਰੀਕਲਚਰ ਦੀ ਗੱਲ ਕਰਾਂ ਦੈ ਅਗਰੀਕਲਚਰ ਦੇ ਖੇਤਰ ਦੇ ਅੰਦਰ ਅਸੀਂ ਡਾਈਵਰਸਿਫਿਕੇਸ਼ਨ ਵੱਲ ਵੱਧ ਰਹੇ ਹਾਂਗੇ ਮੋਂਗਦਾਲ ਨੂੰ ਅਸੀਂ ਇੰਟਰੋਡਿਊਸ ਕੀਤਾ ਪਿਛਲੀ ਵਾਰ ਉਹਤੇ ਐਮਐਸਪੀ ਦਿੱਤੀ ਤਾਂ ਬਹੁਤ ਸਾਰਾ ਜਿਹੜਾ ਰਕਵਾ ਸੀ ਉਹਦੇ ਅੰਦਰ ਆਇਆ ਔਰ ਕਿਸਾਨਾਂ ਨੂੰ ਅੱਛੇ ਬੀਜ ਦੇਣ ਲਈ 33% ਜਿਹੜੀ ਸਬਸਿਡੀ ਦੇ ਉੱਤੇ ਅਸੀਂ ਬੀਜ ਦਿੱਤੇ ਤਾਂ ਕਿ ਜਿਹੜੇ ਕਿਸਾਨ ਨੇ ਉਹ ਮਾੜੇ ਜਿਹੜੇ ਬੀਜ ਨੇ ਉਹ ਨਾ ਬੀਜ ਲੈਣ ਕਿਉਂਕਿ ਜੇ ਮਾੜੇ ਬੀਜ ਬੀਜ ਦੇਣ ਤਾਂ ਕਿਤੇ ਨਾ ਕਿਤੇ ਕੋਈ ਨਾ ਕੋਈ ਜਿਹੜੀ ਆ ਕੋਈ ਪੈਸਿਸਾਈਡ ਜਿਹੜਾ ਉਹਤੇ ਹਮਲਾ ਕਰਦਾਗਾ ਕੋਈ ਨਾ ਕੋਈ ਪੱਟ ਜਿਹੜਾ ਹੈਗਾ ਹਮਲਾ ਕਰਦਾਗਾ ਸੋ ਤੋਂ ਬਚਾਉਣ ਦੇ ਲਈ ਕੀਡਾਸ਼ ਤੋਂ ਬਚਾਉਣ ਲਈ ਮਤਲਬ ਅਸੀਂ 33% ਸਬਸਿਡੀ ਦੇ ਜਿਹੜੇ ਬੀਜ ਕਿਸਾਨਾਂ ਨੂੰ ਦਿੱਤੇ ਇਹ ਸਾਡੇ ਅਸੀਂ 3 ਸਾਲ ਇਹ ਨਹੀਂ ਕਿ ਇਸ ਵਾਰ ਇਲੈਕਸ਼ਨ ਆ ਰਹੀ ਆ ਅਸੀਂ ਤਾਂ ਆਲਰੇਡੀ ਕੰਮ ਤੇ ਲੱਗੇ ਹੋਏ ਆ ਔਰ ਕੰਮ ਕਰ ਰਿਹਾ ਲਗਾਤਾਰ ਔਰ ਰੈਵਨਿਊ ਦੀ ਵੀ ਗੱਲ ਕਰਾਂ ਰੈਵਨਿਊ ਵਧਾ ਰਹੇ ਹਾਂਗੇ ਹਰ ਇੱਕ ਸਾਲ ਮੈਂ ਰੈਵਨਿਊ ਤੇ ਆਉਂਗਾ ਕਿਸਾਨੀ ਦਾ ਤੁਸੀਂ ਜ਼ਿਕਰ ਕੀਤਾ 15000 ਕਰੋੜ ਰੁਪਏ ਕਿਸਾਨਾਂ ਦੇ ਲਈ ਤੁਸੀਂ ਰੱਖੇ ਉਸ ਦੇ ਵਿੱਚ 9000 ਕਰੋੜ ਰੁਪਏ ਤਾਂ ਸਿਰਫ ਸਬਸਿਡੀ ਦੇ ਲਈ ਹੈ ਔਰ ਤੁਸੀਂ ਖੇਤੀ ਵਿਪਿੰਨਤਾ ਦਾ ਜ਼ਿਕਰ ਕੀਤਾ ਖੇਤੀ ਵਿਪਿੰਨਤਾ ਦੇ ਲਈ ਸਿਰਫ 500 ਕਰੋੜ ਰੁਪਏ ਰੱਖੇਗੇ ਨੇ ਤੁਹਾਨੂੰ ਲੱਗਦਾ ਨਹੀਂ ਕਿ 500 ਕਰੋੜ ਰੁਪਏ ਥੋੜੇ ਰਹਿਣਗੇ ਜੇ ਖੇਤੀ ਵਿਭਿੰਨਤਾ ਵਾਲੇ ਪਾਸੇ ਜਾਣ ਦੇਖੋ ਪੰਜਾਬ ਦੇ ਕਿਸਾਨਾਂ ਨੂੰ ਬਹੁਤ ਲੰਬੇ ਅਰਸੇ ਤੋਂ ਜਿਹੜੇ ਇਲੈਕਟ੍ਰਿਸਿਟੀ ਟਿਊਬਵਲ ਨੇਗੇ ਜਿਹੜੇ ਪਾਣੀ ਵਾਲੇ ਟਿਊਬਵਲ ਨੇ ਉਹਨਾਂ ਤੇ ਸਬਸਿਡੀ ਜਿਹੜੀ ਆ ਚੱਲ ਰਹੀ ਆ ਪਿਛਲੇ ਲੰਬੇ ਅਰਸੇ ਤੋਂ ਉਹਦੇ ਉੱਤੇ ਘੱਟੋ ਘੱਟ 9300 ਕਰੋੜ ਰੁਪਏ 9300 ਕਰੋੜ ਰੁਪਏ ਪਰ ਇਅਰ ਮਤਲਬ ਬਹੁਤ ਵੱਡੀ ਅਮਾਉਂਟ ਆ 9330 ਕਰੋੜ ਰੁਪਏ ਜਿਹੜੇ ਨੇਗੇ ਸਬਸਿਡੀ ਬਿਜਲੀ ਸਬਸਿਡੀ ਜਿਹੜੀ ਆ ਉਹ ਹਰੇਕ ਸਾਲ ਅਸੀਂ ਪੰਜਾਬ ਦੇ ਕਿਸਾਨ ਨੂੰ ਦੇ ਰਿਹਾਗੇ ਸੋ ਇਹਦੇ ਨਾਲ ਦੀ ਨਾਲ ਗੱਲ 500 ਕਰੋੜ ਰੁਪਏ ਦੀ ਤੇ ਗੱਲ ਹੌਲੀ 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 ਕਿਸਾਨ ਨੂੰ ਅਸੀਂ ਇਸ ਦਿਨ ਮੋੜਿਆਗਾ ਪਹਿਲੀ ਵਾਰ ਹੋਇਆਗਾ ਕਿਸਾਨ ਦਾ ਗੰਨੇ ਦਾ ਬਕਾਇਆ ਜਿਹੜਾਗਾ ਗੰਨੇ ਦਾ ਬਕਾਇਆ 467 ਕਰੋੜ ਰੁਪਏ ਸੀ ਜਿਹੜਾ ਪੁਰਾਣਾ ਪੈਂਡਿੰਗ ਪਿਆ ਸੀ ਇਹਨਾਂ ਦੇ ਸਮੇਂ ਦਾ ਜਿਹੜਾ ਕਾਲੀਆਂ ਕਾਂਗਰਸੀਆਂ ਦੇ ਸਮੇਂ ਦਾ ਪੈਂਡਿੰਗ ਪਿਆ ਸੀਗਾ ਉਹ ਬਕਾਇਆ ਅਸੀਂ ਆਉਣ ਸਾਰ ਪਹਿਲੇ ਸਾਲ ਹੀ ਜਿਹੜਾ ਨਿਲ ਕਰਤਾ ਇੱਕ ਕਦੇ ਪ੍ਰਾਈਵੇਟ ਮੇ ਵੀ ਕਦੇ ਦਾ ਜਿਹੜਾ ਕੋਈ ਪ੍ਰਾਈਵੇਟ ਗੱਲਾਂ ਮਿਲ ਹੋਊਗਾ ਦਾ ਕੋਈ ਬਕਾਇਆ 1-2 ਕਰੋੜ ਰੁਪਏ 4 ਕਰੋੜ ਰੁਪਏ ਰਹਿੰਦਾ ਹੋਊਗਾ ਪਰ ਲੇਕਿਨ ਸਰਕਾਰੀ ਦਾ ਸਹਿਕਾਰੀ ਦਾ ਇੱਕ ਇੱਕ ਪੈਸਾ ਸੀ ਜਿਹੜਾ ਉਹ ਕਿਸਾਨ ਗੱਲਾਂ ਕਿਸਾਨਾਂ ਨੂੰ ਪੇ ਕਰਦਾ ਲੇਕਿਨ ਡਾਈਵਰਸੀਫਿਕੇਸ਼ਨ ਬਲਕਾ ਦਮਾ ਮੂੰਗੀ ਮੂੰਗੀ ਦੀ ਮੂੰਗੀ ਤੋਂ ਬਜਾਉਣਾ ਡਾਇਰੈਕਟ ਜਿਹੜੀ ਆ ਝੋਨੇ ਦੀ ਬਜਾਈਏ ਸਾਰੇ ਡਾਈਵਰਸੀਫਿਕੇਸ਼ਨ ਵੱਲ ਕਦਮ ਨੇ ਹੌਲੀ ਹੌਲੀ ਦੇਖੋ ਜੇ ਆਪਾਂ ਕਹਿ ਦਈਏ ਕਿ ਇੱਕ ਸਾਲ ਦੇ ਅੰਦਰ ਹੀ ਜਾਂ ਦੋ ਸਾਲਾਂ ਦੇ ਅੰਦਰ ਹੀ ਸਰਕਾਰ ਜਿਹੜੀ ਆ ਉਹ ਸਿਸਟਮ ਨੂੰ ਬਦਲ ਕੇ ਰੱਖ ਦੋ ਜਾਂ ਲੋਕ ਡਾਈਵਰਸੀਫਿਕੇਸ਼ਨ ਵੱਲ ਜਾਣਗੇ ਹੌਲੀ ਹੌਲੀ ਲੋਕ ਜਿਹੜੇ ਜਿਉਂ-ਜਿਉਂ ਸचेਤ ਹੁੰਦੇ ਜਾਂਦੇ ਨੇ ਜਿਉਂ-ਜਿਉਂ ਧਰਤੀ ਪ੍ਰਤੀ ਪਾਣੀ ਪ੍ਰਤੀ ਸचेत ਹੋ ਰਹੇ ਨੇ ਲੋਕ ਤੇ ਉਹ ਤੋਂ ਜਿਹੜਾ ਮੈਂ ਸਮਝਦਾ ਡਾਈਵਰਸੀਫਿਕੇਸ਼ਨ ਵੱਲ ਵੱਧ ਰਹੇ ਨੇ ਕਿ ਸਾਡੇ ਤਾਂ ਗੁਰੂ ਸਾਹਿਬਾਨ ਨੇ ਕਿਹਾ ਸੀਗਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਕਨਸੈਪਟ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਦਿੱਤਾ ਕਿ ਧਰਤੀ ਨੂੰ ਬਚਾਓ ਪਾਣੀ ਨੂੰ ਬਚਾਓ ਹਵਾ ਨੂੰ ਬਚਾਓ ਪਰ ਬਦਕਿਸਮਤੀ ਹੈ ਸਾਡੀ ਕਿ ਅਸੀਂ ਪਿਛਲੇ ਲੰਬੇ ਅਰਸੇ ਤੋਂ ਮੈਂ ਸਮਝਦਾ ਉਹ ਸਾਰੀਆਂ ਤਿੰਨੇ ਚੀਜ਼ਾਂ ਜਿਹੜੀਆਂ ਨੇ ਉਹ ਪੋਲਿਊਟ ਕਰ ਲਈਆਂ ਉਹਨਾਂ ਨੂੰ ਖਰਾਬ ਕਰ ਲਿਆ ਇਹ ਸਿਸਟਮ ਨੂੰ ਜਿਹੜਾ ਅਕਾਲੀ ਕਾਂਗਰਸੀਆਂ ਨੇ ਜੇ ਮੈਂ ਜ਼ਿਆਦਾ ਪਿੱਛੇ ਨਾ ਜਾਵਾਂ ਜਿਹੜਾ 35 ਸਾਲਾਂ ਚ ਬਰਬਾਦ ਕੀਤਾਗਾ 30-35 ਸਾਲਾਂ ਜਿਹੜਾ ਸਿਸਟਮ ਬਰਬਾਦ ਹੋਇਆ ਉਹਨੂੰ ਠੀਕ ਕਰਨ ਲਈ ਸਮਾਂ ਲੱਗੂਗਾ 2 ਸਾਲਾਂ ਦੇ ਅੰਦਰ ਅਸੀਂ ਬਹੁਤ ਕੁਝ ਬਹੁਤ ਕੁਝ ਜਿਹੜਾ ਸਿਸਟਮ ਬਦਲਤਾ ਸੋ ਆਉਣ ਵਾਲੇ ਤਿੰਨਾਂ ਸਾਲਾਂ ਦੇ ਅੰਦਰ ਜਿਹੜਾ ਇਸ ਇਹ ਬਜਟਾ ਜਾਂ ਅਗਲੇ ਬਜਟ ਦੇ ਵਿੱਚ ਅਸੀਂ ਹੋਰ ਵੀ ਸਿਸਟਮ ਨੂੰ ਬਦਲਾਂਗੇ ਤਾਂ ਕਿ ਲੋਕ ਆਪਣੇ ਆਪ ਨੂੰ ਸੁਖਾਲਾ ਮਹਿਸੂਸ ਕਰੇ ਲੋਕ ਜਿਹੜਾ ਹੈਗਾ ਉਹ ਉਹ ਰਾਹਤ ਮਹਿਸੂਸ ਕਰੇ ਵਿਰੋਧੀ ਇਹ ਕਹਿ ਰਹੇ ਨੇ ਕਹਿੰਦੇ ਕਿ ਸਰਕਾਰ ਨੇ 2 ਸਾਲ ਚ ਕਰਜ਼ਾ ਇੰਨਾ ਜ਼ਿਆਦਾ ਲੈ ਲਿਆ ਕਿ ਅਗਲੇ ਅਗਲੇ 3 ਸਾਲਾਂ ਚ ਪੰਜਾਬ ਦੀ ਹਾਲਤ ਜਿਹੜੀ ਉਹ ਬੜੀ ਖਰਾਬ ਹੋ ਜਾਏਗੀ ਕਹਿੰਦੇ ਕਿ 60000 ਕਰੋੜ ਕਿੰਨਾ ਕਰਜ਼ਾ 2 ਸਾਲ ਦੇ ਵਿੱਚ ਲਿਆ ਹੋਇਆ ਉਸ ਨੂੰ ਲੈ ਕੇ ਬਹੁਤ ਸਾਰੇ ਸਵਾਲ ਜਿਹੜੇ ਨੇ ਉਹ ਚੁੱਕੇ ਜਾ ਰਹੇ ਕਹਿੰਦੇ ਕਿ ਪੈਸਾ ਕਿੱਥੋਂ ਆਏਗਾ ਕਿਵੇਂ ਆਏਗਾ ਵਿਕਾਸ ਵਾਲੇ ਪਾਸੇ ਪੰਜਾਬ ਕਿਵੇਂ ਜਾਏਗਾ ਉਸ ਪਾਸੇ ਧਿਆਨ ਸਰਕਾਰ ਨਹੀਂ ਦੇ ਰਹੀ ਕਰਜ਼ਾ ਜ਼ਿਆਦਾ ਲੈ ਰਹੀ ਜੇ ਮੈਂ ਪੁਰਾਣੀ ਸਰਕਾਰ ਦੀ ਗੱਲ ਕਰਾਂ ਕਾਂਗਰਸ ਪਾਰਟੀ ਦੀ ਤਾਂ ਉਹਨਾਂ ਨੇ 1 ਲੱਖ ਕਰੋੜ ਰੁਪਇਆ ਪਿਛਲੇ 5 ਸਾਲਾਂ ਚ ਐਡ-ਆਨ ਕੀਤਾ 1 ਲੱਖ ਕਰੋੜ ਰੁਪਇਆ ਐਡ-ਆਨ ਕੀਤਾ ਔਰ 60 ਹਜ਼ਾਰ ਕਰੋੜ ਰੁਪਇਆ ਉਹਨਾਂ ਨੂੰ 60 ਹਜ਼ਾਰ ਕਰੋੜ ਰੁਪਇਆ ਜਿਹੜਾ ਉਹਨਾਂ ਨੂੰ ਜੀਐਸਟੀ ਦਾ ਕੰਪਨਸੇਸ਼ਨ ਆਇਆ ਜੀਐਸਟੀ ਦਾ ਕੰਪਨਸੇਸ਼ਨ ਆਇਆ ਤੁਸੀਂ ਸੋਚ ਲਓ ਕਿ ਜਿਸ ਸਰਕਾਰ ਨੂੰ 1 ਲੱਖ 60 ਹਜ਼ਾਰ ਕਰੋੜ ਰੁਪਇਆ ਮਿਲੇ ਲਿਆ ਹੋਵੇ ਤਾਂ ਨਾ ਤਾਂ ਉਹ ਮੁਲਾਜ਼ਮਾਂ ਨੂੰ ਡੀਏ ਦੀ ਕਿਸ਼ਤ ਪੇ ਕਰ ਸਕੀ ਕਾਂਗਰਸ ਪਾਰਟੀ ਅੱਜ ਬੋਲ ਰਹੀ ਸੀ ਨਾ ਕੱਲ ਨਾ ਤਾਂ ਉਹ ਬਿਲਾਜਮਾ ਦੀ ਡੀਏ ਦੀ ਕਿਸ਼ਤ ਪੇ ਕਰ ਸਕੇ ਨਾ ਹੀ ਉਹ ਜਿਹੜੇ ਬਕਾਏ ਪੈ ਸੀ ਉਹ ਪੇ ਕਰ ਸਕੇ ਨਾ ਹੀ ਉਹ ਕਿਸਾਨਾਂ ਨੂੰ ਰਾਹਤ ਦੇ ਸਕੇ ਨਾ ਹੀ ਪੰਜਾਬ 'ਚ ਬਿਜਲੀ ਸਸਤੀ ਕਰ ਸਕੇ ਨਾ ਹੀ ਪੰਜਾਬ 'ਚ ਸਿਹਤ ਦਾ ਇਨਫਰਾਸਟ੍ਰਕਚਰ ਬਣਾ ਸਕੇ ਕੀਤਾ ਕੀ 1.6 ਲੱਖ 60000 ਕਰੋੜ ਦਾ ਅਸੀਂ 60000 ਕਰੋੜ ਲਿਆ ਪਰ ਲੇਕਿਨ ਮੈਂ ਦੋ ਸਾਲ 'ਚ ਕਿੰਨਾ ਕਰ ਸ ਲਿਆ ਮੈਂ ਉੱਥੇ ਆ ਰਿਹਾ 60000 ਕਰੋੜ ਲਿਆ ਔਰ 60000 ਕਰੋੜ ਰੁਪਇਆ ਹੀ ਉਨੇ ਹੀ ਪੈਸੇ ਜਿਹੜੇ ਲਗੇ ਪ੍ਰਾਣੀਆਂ ਸਰਕਾਰਾਂ ਦੇ ਲੈ ਕੇ ਕਰਜ਼ੇ ਵਾਪਸ ਕੀਤੇ ਨੇ। ਹੂੰ। ਉਨੇ ਹੀ ਵਾਪਸ ਕੀਤੇ ਨੇ ਲੈ ਕੇ ਸੋ ਅਸੀਂ ਆਪਣੀ ਆਮਦਨ ਅਸੀਂ ਆਪਣੀ ਆਮਦਨ ਆਪਣੇ ਵਸੀਲਿਆਂ ਤੋਂ ਆਮਦਨ ਜਿਹੜੀ ਸਰਕਾਰ ਆ ਉਹ ਵਧਾ ਰਹੀ ਹੈਗੇ। ਸਾਡੀ ਆਮਦਨ ਵਧਾ ਰਹੀ ਹੈ ਇਸੇ ਕਰਕੇ ਅਸੀਂ ਲੋਕਾਂ ਨੂੰ ਸਹੂਲਤਾਂ ਦੇਣੀਆਂ ਜਾਰੀ ਕੀਤੀਆਂ ਨਗੀਆਂ। ਪਿਛਲੇ ਸਾਲਾਂ ਪੰਜ ਸਾਲਾਂ ਚ ਕੀ ਕੀਤਾ? ਅਸੀਂ ਤਾਂ 40000 ਨੌਕ 40000 ਤੋਂ ਉੱਪਰ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਬੈਠੇ ਆ। ਅਸੀਂ ਤਾਂ 12000 ਤੋਂ ਉੱਪਰ ਟੀਚਰਾਂ ਨੂੰ ਪੱਕੇ ਕਰਕੇ ਤੁਹਾਡੇ ਸਾਹਮਣੇ ਬੈਠੇ ਆ। ਅਸੀਂ ਤਾਂ ਜੀਵੀ ਕੇ ਵਰਗਾ পাওয়ার પ્લાન્ટ ਜਿਹੜਾ ਕਿ ਪ੍ਰਾਈਵੇਟ ਪਾਰਟੀ ਤੋਂ ਖਰੀਦ ਕੇ ਸਰਕਾਰ ਦੇ ਹਿੱਸੇ ਸਰਕਾਰ ਦੇ ਨਾਮ ਕਰਾਤਾ ਇਹ ਸਾਡੀਆਂ ਪ੍ਰਾਪਤੀਆਂ ਨੇਗੀਆਂ ਲੇਕਿਨ ਇਹ ਰੈਵਨਿਊ ਜਨਰੇਟ ਕਿਵੇਂ ਹੋਏਗਾ ਕਿਉਂਕਿ ਇੰਡਸਟਰੀ اپੋਜੀਸ਼ਨ ਇਹ ਕਹਿ ਰਹੀ ਕਿ ਉਸ ਲੈਵਲ ਤੇ ਨਹੀਂ ਆ ਰਹੀ ਕਿਵੇਂ ਇਹ ਰੈਵਨਿਊ ਤੁਸੀਂ ਜਨਰੇਟ ਕਰ ਰਹੇ ਹੋ اپੋਜੀਸ਼ਨ ਕਹਿ ਰਹੀ ਆ ਕਿ ਇੰਡਸਟਰੀ ਪੰਜਾਬ ਤੇ ਨਹੀਂ ਆ ਰਹੀ ਮੈਂ اپੋਜੀਸ਼ਨ ਨੂੰ ਪੁੱਛਣਾ ਚਾਹੁੰਨਾਗਾ ਕਿ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਇੱਕ ਮੈਂਬਰ ਪਾਰਲੀਮੈਂਟ ਨੇ ਇੱਕ ਸਵਾਲ ਪੁੱਛਿਆ ਸੀਗਾ ਉਹ ਸਵਾਲ ਕੀ ਨਿਕਲ ਕੇ ਆਇਆ ਕੀ ਐਮ ਐਸ ਐਮ ਇ ਚ ਛੋਟੇ ਉਦਯੋਗ ਚ ਐਮ ਐਸ ਐਮ ਇ ਦੇ ਅੰਦਰ ਪੰਜਾਬ ਨੰਬਰ 1 ਤੇ ਆ ਇਹ ਸਵਾਲ ਕੋਈ ਅਸੀਂ ਨਹੀਂ ਪੁੱਛਿਆ ਸੀ ਇਹ ਕਿਸੇ ਹੋਰ ਪਾਰਟੀ ਦੇ ਪੁੱਛੇ ਹੋਏ ਮੈਂਬਰ ਪਾਰਲੀਮੈਂਟ ਦਾ ਸੀਗਾ ਕਿ ਪੰਜਾਬ ਜਿਹੜਾ ਛੋਟੇ ਉਦਯੋਗ ਲਾਉਣ ਚ ਲਘੂ ਉਦਯੋਗ ਲਾਉਣ ਚ ਪੰਜਾਬ ਦੇਸ਼ ਭਰ ਚੋਂ ਪਹਿਲੇ ਨੰਬਰ ਤੇ ਆਇਆਗਾ ਸੋ ਇਹ ਪੰਜਾਬ ਦਾ ਅਕਸ ਵਿਗਾੜ ਕੇ ਪੇਸ਼ ਕਰਨਾ ਚਾਹੁੰਦੇ ਨੇ ਕਾਂਗਰਸ ਪਾਰਟੀ ਕੀ ਆ ਪੰਜਾਬ ਦਾ ਪੰਜਾਬ ਨੂੰ ਪੰਜਾਬ ਦਾ ਅਕਸ ਬਗਾੜਨਾ ਚਾਹੁੰਦੀ ਆ ਪਹਿਲਾਂ ਕਹਿੰਦੇ ਸੀ ਕਿ ਪੰਜਾਬ ਚ ਜਿਹੜਾ ਹੈਗਾ ਇਹਨਾਂ ਨੇ ਡਰਕ ਰਿਆਂਦਾ ਇਹ ਪੰਜਾਬ ਦਾ ਬੱਚਾ ਬੱਚਾ ਜਾਣਦਾ ਕਿ ਪੰਜਾਬ ਨੂੰ ਇਸ ਪਾਸੇ ਤੋਰਨ ਵਾਲਾ ਪੰਜਾਬ ਦੇ ਨੌਜਵਾਨਾਂ ਦਾ ਜਿਹੜੇ ਨੈਗੇਟਿਵਿਟੀ ਪੈਦਾ ਕਰਨ ਵਾਲਾ ਪੰਜਾਬ ਵਿੱਚ ਪੰਜਾਬ ਦੇ ਨੌਜਵਾਨਾਂ ਵਿੱਚ ਮੈਂ ਸਮਝਦਾ ਇੱਕ 50% ਜਿਹੜਾ ਇੱਕ ਨੈਗੇਟਿਵ ਰਵਈਆ ਅਪਣਾਉਣ ਵਾਲਾ ਕੌਣ ਆ ਅਕਾਲੀ ਦਲ ਆ ਭਾਜਪਾ ਆ ਕਾਂਗਰਸ ਪਾਰਟੀ ਆ ਇਹਨਾਂ ਨੇ ਪੰਜਾਬ ਦੇ ਯੂਥ ਨੂੰ ਕਦੇ ਨੌਕਰੀ ਵਾਲੇ ਪਾਸੇ ਤੋਰੇ ਹੀ ਨਹੀਂ ਪੰਜਾਬ ਦੇ ਯੂਥ ਨੂੰ ਕਦੇ ਇਹ ਨਹੀਂ ਕਿਹਾ ਕਿ ਆਓ ਪੰਜਾਬ 'ਚ ਨਵੇਂ ਨਵੇਂ ਜਿਹੜੇ ਇੰਟਰਪ੍ਰੈਨਿਓਰਸ਼ਿਪ ਖੋਲੋ ਨਵੀਆਂ ਫੈਕਟਰੀਆਂ ਲਾਓ ਨਵੇਂ ਉਦਯੋਗ ਲਾਓ ਜੇ ਨਵੇਂ ਉਦਯੋਗ ਲੱਗਣਗੇ ਤਾਂ ਹੀ ਸਾਡੇ ਬੱਚੇ ਉਦਯੋਗ ਪ੍ਰਾਪਤ ਕਰਨਗੇ 100% ਬੱਚਿਆਂ ਨੂੰ ਸਰਕਾਰੀ નોકરી ਨਹੀਂ ਮਿਲ ਸਕਦੀ ਉਹਨਾਂ ਨੂੰ ਨਵੇਂ ਉਦਯੋਗ ਮਿਲ ਸਕਦੇ ਨੇ ਕਿ ਉਹਨਾਂ ਨੂੰ ਮੈਂ ਸਮਝਦਾਗਾ ਕਿ ਜਿਹੜੇ ਵੱਡੇ ਉਦਯੋਗਪਤੀ ਨੇਗੇ ਉਹਨਾਂ ਦੁਆਰਾ ਉਹਨਾਂ ਉਦਯੋਗ ਜਿਹੜੀਆਂ ਕੰਪਨੀਆਂ ਨੇ ਜਾਂ ਜਿਹੜੇ ਉਦਯੋਗ ਨੇਗੇ ਉੱਥੇ ਨੌਕਰੀ ਮਿਲ ਸਕਦੀ ਆ ਪ੍ਰਾਈਵੇਟ ਜੌਬ ਮਿਲ ਸਕਦੀ ਆ ਇਹ ਮਾਹੌਲ ਅਸੀਂ ਦੋ ਸਾਲਾਂ ਤਿਆਰ ਕੀਤਾ ਤਾਂ ਹੀ ਮੈਂ ਸਮਝਦਾ ਡਿਕਲਾਈਨ ਹੋ ਗਿਆ ਤਾਂ ਹੀ ਜਿਹੜਾ ਬਾਹਰ ਜਾ ਰਹੇ ਸੀ ਲੋਕ ਬਾਹਰ ਜਾਣ ਦੀ ਪ੍ਰਕਿਰਿਆ ਕਾਂਗਰਸ ਦੇ ਸਮੇਂ ਅਕਾਲੀ ਦਲ ਦੇ ਸਮੇਂ ਬਹੁਤ ਤੇਜ਼ੀ ਨਾਲ ਸ਼ੁਰੂ ਹੋਈ ਸੀ ਅੱਜ ਜੋ ਡਿਕਲਾਈਨ ਹੋਈ ਆ ਔਰ ਰਿਵਰਸ ਮਾਈਗ੍ਰੇਸ਼ਨ ਦਾ ਜਿਹੜਾ ਕਨਸੈਪਟ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਦਿੱਤਾ ਸੀਗਾ ਕਿ ਪੰਜਾਬ ਰਿਵਰਸ ਮਾਈਗ੍ਰੇਸ਼ਨ ਕਰ ਰਿਹਾ ਬਿਲਕੁਲ ਸੱਚ ਆ ਬਹੁਤ ਸਾਰੇ ਬੱਚਿਆਂ ਨੇ ਵੀ ਨੌਕਰੀ ਲਈ ਆ ਬਹੁਤ ਸਾਰੇ ਇੰਡਸਟਰੀਅਲਿਸ ਪੰਜਾਬ ਚ ਆ ਰਹੇ ਨੇ ਕਿ ਇਹ ਹੀ ਪ੍ਰਣਾਮ ਆ ਕਿ ਪੰਜਾਬ ਜਿਹੜਾ ਉਹ ਤਰੱਕੀ ਵੱਲ ਵੱਧ ਰਿਹਾ ਔਰ ਸਰਦਾਰ ਭਗਵੰਤ ਸਿੰਘ ਮਾਜੀ ਦੀ ਬਸ ਸੋਚ ਨੂੰ ਵੀ ਸਲਾਮ ਕਰਦਾ ਕਿ ਉਹ ਨਵੇਂ ਨਵੇਂ ਬਿਜ਼ਨੈਰੀ ਜਿਹੜੇ ਆਈਡੀਆ ਲੈ ਕੇ ਆਉਂਦੇ ਨੇ ਨਮੀਆਂ ਨਮੀਆਂ ਗੱਲਾਂ ਲੈ ਕੇ ਆਉਂਦੇ ਨੇ ਕਿ ਪੰਜਾਬ ਨੂੰ ਹੋਰ ਤਰੱਕੀ ਵੱਲ ਲੈ ਕੇ ਕਿਵੇਂ ਜਾਣਾ ਕਈ ਵਾਰ ਤਾਂ اپੋਜੀਸ਼ਨ ਵਾਲਿਆਂ ਨੂੰ ਲੱਗਦਾਗਾ ਜਾਂ ਸਾਨੂੰ ਵੀ ਕਈ ਵਾਰ ਲੱਗ ਜਾਂਦਾਗਾ ਕਿ ਪੋਸੀਬਲ ਨਹੀਂ ਹੈਗਾ ਪਰ ਲੇਕਿਨ ਉਹ ਉਹਨਾਂ ਦਾ ਜਿਹੜਾ ਦ੍ਰਿੜ ਇਰਾਦਾ ਹੈਗਾ ਕਮਿਟਮੈਂਟ ਹੈ ਜਿਹੜੀ ਪੰਜਾਬ ਦੇ ਪ੍ਰਤੀ ਪੰਜਾਬ ਦੇ ਲੋਕਾਂ ਨਾਲ ਖੜਨ ਦਾ ਜਿਹੜਾ ਉਹਦਾ ਇਰਾਦਾ ਹੈਗਾ ਉਹ ਦਰਸਾਉਂਦਾ ਹੈਗਾ ਕਿ ਜਿਹੜੀ ਵੀ ਉਹ ਗੱਲ ਕਰਦੇ ਨੇ ਬੜੀ ਪਾਇਦਾਰ ਬੜੀ ਸਮਝ ਨਾਲ ਬੜੀ ਅਗਾਹ ਬੰਦੂ ਕਰਦੇ ਨੇ ਤੁਸੀਂ ਸਦਨ 'ਚ ਕਿਹਾ ਕਿ ਪੰਜ 'ਚੋਂ ਚਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੂਰੀਆਂ ਕੀਤੀਆਂ। ਮਹਿਲਾਵਾਂ ਨੂੰ ਲੈ ਕੇ ਤੁਸੀਂ ਕਿਹਾ ਕਿ ਜਲਦ ਹਜ਼ਾਰ-ਹਜ਼ਾਰ ਰੁਪਏ ਦਿੱਤੇ ਜਾਣਗੇ। ਮਹਿਲਾਵਾਂ ਵੀ ਪੁੱਛ ਰਹੀਆਂ, ਆਪੋਜੀਸ਼ਨ ਵੀ ਪੁੱਛ ਰਹੀ ਹੈ ਕਿ ਇਹ ਹਜ਼ਾਰ ਰੁਪਿਆ ਦਾ ਕੋਈ ਫਾਰਮੈਟ ਹੈ? ਕਹਿੰਦੇ ਕਿ 12000 ਕਰੋੜ ਦਾ ਇੱਕ ਪੂਰੀ ਕੈਲਕੂਲੇਸ਼ਨ ਕੀਤੀ ਸੀ ਅਗਰ ਸਾਰਿਆਂ ਨੂੰ ਦੇ ਦਿੱਤਾ ਜਾਂਦਾ। ਇੱਕ ਸਟੈਪ ਬਾਈ ਸਟੈਪ ਸ਼ਾਇਦ ਪਲੈਨਿੰਗ ਕੀਤੀ ਜਾ ਰਹੀ ਹੈ ਕਿ ਪਹਿਲਾਂ ਬਜ਼ੁਰਗ ਮਹਿਲਾਵਾਂ ਨੂੰ ਦਿੱਤਾ ਜਾਵੇ ਜਾਂ ਫਿਰ ਇੱਕ ਕੈਟਾਗਰੀ ਜਿਹੜੀ ਉਹ ਤੈਅ ਕੀਤੀ ਗਈ, ਕੀ ਪੈਮਾਨਾ ਕੀ ਤੈਅ ਕੀਤਾ ਗਿਆ ਔਰ ਕਦੋਂ ਤੱਕ ਮਹਿਲਾਵਾਂ ਨੂੰ ਹਜ਼ਾਰ ਰੁਪਏ ਦਿੱਤਾ ਜਾਏਗਾ? ਦੇਖੋ ਆਮ ਆਦਮੀ ਪਾਰਟੀ ਦੇ ਜਦੋਂ ਇਲੈਕਸ਼ਨ ਅਸੀਂ ਲੜ ਰਹੇ ਸੀਗੇ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦੇ ਲੋਕਾਂ ਨੂੰ ਵਾਅਦਾ ਕੀਤਾ ਸੀ ਪੰਜਾਬ ਦੇ ਲੋਕਾਂ ਨੂੰ ਗਰੰਟੀਆਂ ਦਿੱਤੀਆਂ ਸੀਗੀਆਂ ਔਰ ਦੂਜੇ ਪਾਸੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਦਰਪਗੋਧ ਸਿੰਘ ਮਾਨ ਜੀ ਨੇ ਉਸ ਸਮੇਂ ਵਾਅਦਾ ਕੀਤਾ ਸੀ ਕਿ ਅਸੀਂ ਆ ਗਰੰਟੀਆਂ ਨੇ ਤੁਹਾਡੇ ਸਾਹਮਣੇ ਅਸੀਂ ਗਰੰਟੀਆਂ ਜਦੋਂ ਸੱਤਾ ਚਾਵਾਂਗੇ ਤੇ ਲਾਗੂ ਕਰਾਂਗੇ ਉਹਨਾਂ ਪੰਜਾਂ ਗਰੰਟੀਆਂ ਚੋਂ ਪੰਜਾਂ ਗਰੰਟੀਆਂ ਚਾਰ ਗਰੰਟੀਆਂ ਅਸੀਂ ਲਾਗੂ ਕਰ ਚੁੱਕੇ ਹਾਂ ਤਿੰਨ ਗਰੰਟੀਆਂ ਤਾਂ 100% ਪੂਰੀਆਂ ਹੋ ਗਈਆਂ ਔਰ ਦੋ ਗਰੰਟੀਆਂ ਦੇ ਉੱਤੇ ਕਿਉਂਕਿ ਉਹ ਪ੍ਰੋਸੈਸ ਹੈਗਾ ਕੰਟੀਨਿਊ ਪ੍ਰੋਸੈਸ ਹੈਗਾ ਉਹ ਗਰੰਟੀਆਂ ਜਿਹੜੀਆਂ ਲੱਗੀਆਂ ਉਹਨਾਂ ਤੇ ਕੰਮ ਜਿਹੜਾ ਹੋ ਰਿਹਾ ਹੈਗਾ ਸੋ ਰਿਮੇਨਿੰਗ ਜਿਹੜੀ ਤੁਸੀਂ ਕਹਿ ਰਹੇ ਹੋ ਇੱਕ ਗਰੰਟੀ ਰਹਿ ਗਈ ਇਹ ਗਰੰਟੀ ਵੀ ਜਿਹੜੀ ਹੈ ਇਹਦੇ ਤੇ ਪੂਰਾ ਅਸੀਂ ਇਹਦਾ ਰੋਡਮੈਪ ਤਿਆਰ ਕਰ ਰਹੇ ਹਾਂਗੇ ਮੈਂ ਸਮਝਦਾ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਮਹਿਲਾਵਾਂ ਨੂੰ ਵੀ ਬਿਲਕੁਲ ਜੋ ਸਿਕਿਉਰਿਟੀ ਦਿੱਤੀ ਹੈ ਪੂਰੀ ਕਰਾਂਗੇ ਸੋ ਅਸੀਂ ਤਾਂ ਜਿੱਥੇ ਆਪਦੀ ਆਮਦਨ ਵਧਾ ਰਿਹਾ ਉੱਥੇ ਆਪਦੀਆਂ ਗਰੰਟੀਆਂ ਵੀ ਲਗਾਤਾਰ ਪੂਰੀਆਂ ਕਰ ਰਹੇ ਹਾਂ ਇੱਕ ਕੈਟਾਗਰੀ ਹੈ ਜਾਂ ਸਾਰੀਆਂ ਮਹਿਲਾਵਾਂ ਲਈ ਜਿਹੜਾ ਮੈਂ ਕਹਿ ਰਿ ਪੂਰਾ ਇੱਕ ਪਲਾਨ ਹੈ ਪੂਰੀਆਂ ਮਹਿਲਾਵਾਂ ਨੂੰ ਇਕੱਠੇ ਦਿੱਤਾ ਜਾਏਗਾ ਜਾਂ ਸਟੈਪ ਬਾਈ ਸਟੈਪ ਕਿ ਛੋਟੀਆਂ ਬੱਚੀਆਂ ਨੂੰ ਜਾਂ ਇਸ ਕੈਟਾਗਰੀ ਚ ਜਾਂ ਦਲਿਤਾਂ ਨੂੰ ਜਾਂ ਕਿਸ ਤਰੀਕੇ ਦੇ ਨਾਲ ਰੋਡ ਮੈਪ ਜਿਹੜਾ ਉਹ ਕਦੋਂ ਤੱਕ ਦੇਖੋ ਇਹਦੇ ਸਬੰਧ ਦੇ ਵਿੱਚ ਮੈਂ ਸਮਝਦਾ ਸਾਡੇ ਇੱਕ ਟੀਮ ਜਿਹੜੀ ਆ ਉਹ ਲੱਗੀ ਹੋਈ ਹੈ ਸਾਰਾ ਹਰ ਚੀਜ਼ ਦਾ ਇੱਕ ਪਹਿਲਾ ਖਾਕਾ ਤਿਆਰ ਕਰਨਾ ਹੁੰਦਾ ਹੈਗਾ ਖਾਕਾ ਤਿਆਰ ਕਰਨ ਤੋਂ ਬਾਅਦ ਜਿਹੜਾ ਹੈਗਾ ਉਹਨੂੰ ਲਾਗੂ ਕਰਨਾ ਹੁੰਦਾ ਔਰ ਉਹਦੇ ਲਈ ਬਜਟ ਦਾ ਪ੍ਰਬੰਧ ਕਰਨਾ ਹੁੰਦਾ ਉਹ ਸਾਰਾ ਇੱਕ ਮੈਕੈਨਿਜ਼ਮ ਜਿਹੜਾ ਕਿ ਸਿਸਟਮ ਜਿਹੜਾ ਉਹ ਕੰਮ ਕਰ ਰਿਹਾ ਹੈਗਾ ਇੱਕ ਮੁੱਖ ਮੰਤਰੀ ਨੇ ਕੱਲ ਸਦਨ ਦੇ ਅੰਦਰ ਕਿਹਾ ਕਿ ਜਿਹੜੇ ਲੋਕ ਸਭਾ ਚੋਣਾਂ ਵਿਧਾਨ ਸਭਾ ਚੋਣਾਂ ਦੇ ਵਿੱਚ ਮੈਨੀਫੈਸਟੋ ਜਿਹੜੇ ਜਾਰੀ ਕੀਤੇ ਜਾਂਦੇ ਮੈਨੀਫੈਸਟੋ ਇਸ ਤਰੀਕੇ ਦੇ ਜਾਰੀ ਕਰ ਦਿੱਤੇ ਜਾਂਦੇ ਨੇ ਕਿ ਇੱਕ ਪਾਰਟੀ ਨੂੰ ਦੇਖ ਕੇ ਦੂਸਰੀ ਪਾਰਟੀ ਐਲਾਨ ਕਰ ਦਿੰਦੀ ਹੈ ਕਿ ਲੱਖ ਨੌکریاں 1.5 ਲੱਖ ਨੌکریاں ਲੇਕਿਨ ਉਹ ਲਾਗੂ ਨਹੀਂ ਹੁੰਦੇ ਇਸ ਦੇ ਲਈ ਇਸ ਨੂੰ ਲੀਗਲ ਡਾਕੂਮੈਂਟ ਜਿਹੜਾ ਉਹ ਬਣਾਉਣਾ ਚਾਹੀਦਾ ਵੈ ਆਮ ਆਦਮੀ ਪਾਰਟੀ ਕੀ ਇਲੈਕਸ਼ਨ ਕਮਿਸ਼ਨ ਨੂੰ ਕਹੇਗੀ ਕਿ ਇਸ ਨੂੰ ਲੀਗਲ ਡਾਕੂਮੈਂਟ ਬਣਾਇਆ ਜਾਵੇ ਕਿਉਂਕਿ ਇਹ ਲਗਾਤਾਰ ਮੁੱਦਾ ਉੱਡਦਾ ਰਿਹਾ ਵੈ ਕਿ ਜੇਕਰ ਕੋਈ ਪਾਰਟੀ ਇਸ ਬਾਬਤ ਫੈਸਲੇ ਜੋ ਕਿਆ ਸੀਗਾ ਸਰਕਾਰ ਬਣਾਉਣ ਤੋਂ ਪਹਿਲਾਂ ਉਸ ਨੂੰ ਲਾਗੂ ਨਹੀਂ ਕਰਦੀ ਤਾਂ ਉਸ ਦੇ ਉੱਤੇ ਐਕਸ਼ਨ ਹੋਵੇ ਉਸ ਦੇ ਉੱਤੇ ਕਾਰਵਾਈ ਹੋਵੇ ਤੁਸੀਂ ਇਲੈਕਸ਼ਨ ਕਮਿਸ਼ਨ ਕੋਲ ਜਾਓਗੇ ਜਾਂ ਤੁਹਾਡੇ ਵੱਲੋਂ ਕੋਈ ਚਿੱਠੀ ਲਿਖੀ ਜਾਏਗੀ ਦੇਖੋ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਾਫੀ ਲੰਬੇ ਅਰਸ਼ੇ ਤੋ ਜੋ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਸੀਗੇ ਜਦੋਂ ਬਤੌਰ ਮੈਂਬਰ ਪਾਰਲੀਮੈਂਟ ਸੰਗਰੂਰ ਦੀ ਨੁਮਾਇੰਦਗੀ ਕਰਦੇ ਸੀ ਉਸ ਸਮੇਂ ਵੀ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਆਵਾਜ਼ ਉਠਾਈ ਸੀ ਕਿਉਂਕਿ ਇਹਦੇ ਤੇ ਕਾਨੂੰਨ ਗਵਰਨਮੈਂਟ ਆਫ ਇੰਡੀਆ ਨੇ ਬਣਾਉਣਾਗਾ ਇਲੈਕਸ਼ਨ ਦੇ ਸੰਬੰਧੀ ਕਾਨੂੰਨ ਜਿਹੜੀ ਗਵਰਨਮੈਂਟ ਆਫ ਇੰਡੀਆ ਬਣਾਉਂਦੀ ਆ ਉਦੋਂ ਵੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਅੱਛਾ ਬਿਜ਼ਨਸ ਇੱਕ ਅੱਛੀ ਸੋਚ ਜਿਹੜੀ ਆ ਦੇਸ਼ ਦੀ ਪਾਰਲੀਮੈਂਟ ਦੇ ਸਾਹਮਣੇ ਰੱਖੀ ਸੀ ਕਿ ਜਿਹੜਾ ਚੋਣ ਮੈਨੀਫੈਸਟੋ ਆ ਜਿਹੜਾ ਇਲੈਕਸ਼ਨ ਮੈਨੀ ਉਹ ਜਿਹੜਾ ਰਜਿਸਟਰਡ ਹੋਣਾ ਚਾਹੀਦਾ ਉਹ ਲੀਗਲ ਡਾਕੂਮੈਂਟ ਹੋਣਾ ਚਾਹੀਦਾ ਔਰ ਪੋਲਿਟਿਕਲ ਪਾਰਟੀਆਂ ਜਿਹੜੀਆਂ ਵਾਅਦੇ ਕਰਦੀਆਂ ਨੇ ਉਹਦੇ ਪ੍ਰਤੀ ਜਵਾਬਦੇਹ ਹੋਣ ਕਿ ਅਸੀਂ ਆ ਵਾਅਦਾ ਕੀਤਾ ਸੀ ਅਸੀਂ ਪੂਰਾ ਕਰ ਲਿਆ ਉਹ ਜਵਾਬਦੇਹ ਹੋਣ ਜੇ ਉਹਨਾਂ ਨੇ ਆਪਣਾ ਲੀਗਲ ਡਾਕੂਮੈਂਟ ਜੇ ਬਣਾਇਆ ਮਤਲਬ ਇੱਕ ਡਾਕੂਮੈਂਟ ਆ ਔਰ ਰਜਿਸਟਰਡ ਹੋਣਾ ਚਾਹੀਦਾ ਔਰ ਰਜਿਸਟਰਡ ਹੋ ਕੇ ਉਹਦੇ ਤੇ 5 ਸਾਲਾਂ ਬਾਅਦ ਉਹਦੀ ਸਮੀਖਿਆ ਹੋਣੀ ਚਾਹੀਦੀ ਆ ਵੀ ਕੀ ਹੋਇਆ ਕੀ ਨਹੀਂ ਹੋਇਆ ਸੋ ਬਿਲਕੁਲ ਅੱਛਾ ਕਦਮ ਹੈਗਾ ਤੁਸੀਂ ਕੇਂਦਰ ਸਰਕਾਰ ਨਾਲ ਗੱਲ ਕਰੋਗੇ ਕੇਂਦਰ ਸਰਕਾਰ ਦੇ ਨਾਲ ਤੁਸੀਂ ਪਹਿਲ ਕਰੋਗੇ ਬਿਲਕੁਲ ਅਸੀਂ ਪਹਿਲ ਕਰਾਂਗੇ ਸੋਗੇ ਚਿੱਠੀ ਲਿਖੋਗੇ ਬਿਲਕੁਲ ਬਿਲਕੁਲ ਸਭ ਕੁਝ ਕਰਾਂਗੇ ਜੀ ਮੈਂ ਸਮਝਦਾਗਾ ਕਿ ਕੇਂਦਰ ਸਰਕਾਰ ਨੂੰ ਇਹ ਤੇ ਜਿਹੜੀ ਪਹਿਲ ਕਦਮੀ ਕਰਨੀ ਚਾਹੀਦੀ ਹੈ ਤੇ ਕਾਨੂੰਨ ਲੈ ਕੇ ਆਉਣਾ ਚਾਹੀਦਾ ਭਾਰਤੀ ਜਨਤਾ ਪਾਰਟੀ ਤਾਂ ਵੈਸੇ ਝੂਠ ਬੋਲਣ ਦੀ ਆਦੀ ਆ ਦੇਸ਼ ਜਾਣਦਾਗਾ ਸੱਤਾ ਵਿੱਚ 2014 ਚ ਕਿਵੇਂ ਆਏ ਸੀਗੇ ਕਿ ਜੀ ਘਰ ਘਰ ਨੌਕਰੀ ਦੇ ਦੇਾਂਗੇ ਕਿਹਾ ਸੀ ਨਾ ਕਿ ਅਸੀਂ ਇਹ 2 ਕਰੋੜ ਨੌਕਰੀਆਂ ਹਰੇਕ ਸਾਲ ਭਾਰਤੀਆਂ ਨੂੰ ਮਿਲਣਗੀਆਂ 15 ਲੱਖ ਰੁਪਈਆ ਹਰੇਕ ਭਾਰਤੀ ਦੇ ਖਾਤੇ ਦੇ ਵਿੱਚ ਜਿਹੜਾ ਉਹਨਾਂ ਦੇ ਜੇਬਾਂ 'ਚ ਆ ਜਾਊਗਾ ਜੀ ਪੰਜਾਬ ਹਿੰਦੁਸਤਾਨ ਨੂੰ ਜਿਹੜਾ ਹੈਗਾ ਹਿੰਦੁਸਤਾਨ ਦੇ ਕਿਸਾਨ ਦੀ ਆਮਦਨ ਦੁੱਗਣੀ ਕਰ ਦੇਣਗੇ ਜੀ ਪਰ ਲੇਕਿਨ ਅੱਜ ਦੇਸ਼ ਦਾ ਕਿਸਾਨ ਜਿਹੜਾ ਉਹ ਧਰਨੇ ਲਾ ਰਿਹਾ ਅੱਜ ਦੇਸ਼ ਦਾ ਕਿਸਾਨ ਪ੍ਰੋਟੈਸਟ ਕਰ ਰਿਹਾ ਅੱਜ ਦੇਸ਼ ਦਾ ਕਿਸਾਨ ਆਪਣੀਆਂ ਮੰਗਾਂ ਮੰਨ ਰਿਹਾ ਔਰ ਜੇਕਰ ਦੇਸ਼ ਦਾ ਕਿਸਾਨ ਮੰਗਾਂ ਮੰਨਣ ਲਈ ਜਾਂਦਾ ਤਾਂ ਗੋਲੀਆਂ ਮਾਰੀਆਂ ਜਾਂਦੀਆਂ ਰਹੀਆਂ ਮਾਰ ਦਿੱਤਾ ਜਾਂਦਾ ਇਹ ਤਾਂ ਬੀਜੇਪੀ ਦਾ ਚਿਹਰਾ ਹੈ ਦੇਸ਼ ਦੇ ਸਾਹਮਣੇ ਓਪੋਜੀਸ਼ਨ ਇਹ ਕੈਰੀ ਸਦਨ ਦੇ ਅੰਦਰ ਕਹਿੰਦੇ ਕਿ ਸਾਨੂੰ ਸਮਾਂ ਘਟ ਦਿੱਤਾ ਜਾਂਦਾ ਮਾਰਸ਼ਲ ਕੱਲ ਰਾਜਾਪਟਿੰਗ ਨੂੰ ਚੋਕੇ ਬਾਹਰ ਲੈ ਗਏ ਅ 2 ਦਿਨ ਪਹਿਲਾਂ ਸੀਐਮ ਸਾਹਿਬ ਨੇ ਤਲੇ ਵਾਲੀ ਗੱਲ ਕਹੀ ਉਸ ਨੂੰ ਲੈ ਕੇ ਨਾਰਾਜ਼ਗੀ ਜ਼ਾਹਰ ਕੀਤੀ ਕਿਵੇਂ ਦੇਖਦੇ ਹੋ ਆਪੋਜੀਸ਼ਨ ਦੇ ਰੋਲ ਨੂੰ ਕਿਉਂਕਿ ਆਪੋਜੀਸ਼ਨ ਕਹਿ ਰਹੀ ਕਿ ਇਹ ਬਜਟ ਖੋਖਲਾ ਹੈ ਕੁਝ ਨਹੀਂ ਹੈ ਇਸ ਬਜਟ ਦੇ ਵਿੱਚ ਦੇਖੋ ਇੱਕ ਸਿੰਬੋਲਿਕ ਮੈਸੇਜ ਸਿੰਬੋਲਿਕ ਮੈਸੇਜ ਦੇਣ ਦਾ ਯਤਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤਾ ਕਿ ਦੋਨੇ ਪਾਸਿਓਂ ਜਿੰਦਾ ਲਾ ਲਓ ਸਾਡੇ ਵਾਲੇ ਪਾਸੇ ਵੀ ਲਾ ਲਓ ਇਹਨਾਂ ਵਾਲੇ ਪਾਸੇ ਵੀ ਲਾ ਲਓ ਅਸੀਂ ਇਸ ਵਿਧਾਨ ਸਭਾ ਦੇ ਅੰਦਰ ਇਸ ਪਵਿੱਤਰ ਅਜ਼ੀਮ ਸਦਨ ਦੇ ਅੰਦਰ ਸਾਨੂੰ ਚੁਣ ਕੇ ਪੰਜਾਬ ਦੇ ਲੋਕਾਂ ਨੇ 117 ਐਮ ਐਲ ਏ ਵਿਧਾਇਕ ਬਣਾ ਕੇ ਭੇਜਦੇ ਕਿ ਆਪਣੇ ਆਪਣੇ ਹਲਕੇ ਦੀ ਗੱਲ ਕਰਨ ਆਪਣੇ ਆਪਣੇ ਸਟੇਟ ਜਿਹੜੀਆਂ ਡਿਸਟ੍ਰਿਕਟ ਦੀ ਗੱਲ ਕਰਨ ਆਪਣੇ ਆਪਣੇ ਮੁੱਦਿਆਂ ਦੀ ਗੱਲ ਕਰਨ ਆਪਣੇ ਹਲਕੇ ਦੇ ਮੁੱਦਿਆਂ ਦੀ ਗੱਲ ਕਰਨ ਸਟੇਟ ਦੇ ਮੁੱਦਿਆਂ ਦੀ ਗੱਲ ਕਰਨ ਸਰਕਾਰ ਨੇ ਕੀ ਕੀਤਾ ਉਹਦੀ ਗੱਲ ਕਰਨ ਸਰਕਾਰ ਨੇ ਕੀ ਨਹੀਂ ਕੀਤਾ ਉਹਦੀ ਗੱਲ ਕਰਨ ਕਿਹੜਾ ਮਸਲਾ ਹੱਲ ਹੋ ਗਿਆ ਕਿਹੜਾ ਪੈਂਡਿੰਗ ਪਿਆ ਉਹਦੀ ਗੱਲ ਕਰਨ ਪਰ ਲੇਕਿਨ اپੋਜੀਸ਼ਨ ਵਾਲੇ ਕੀ ਕਰਦੇ ਨੇ ਕਿ ਥੋੜੇ ਸਮੇਂ ਬਾਅਦ ਪ੍ਰੋਟੈਸਟ ਕਰਕੇ ਬਾਹਰ ਵਿਧਾਨ ਸਭਾ ਤੋਂ ਬਾਹਰ ਜਾਣ ਦਾ ਯਤਨ ਕਰਦੇ ਨੇ ਸੋ ਇਹ ਸਿੰਬੋਲਿਕ ਮੈਸੇਜ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਦਿੱਤਾ ਕਿ ਇੱਧਰ ਵੀ ਤਾਲਾ ਲਾ ਲਓ ਇੱਧਰ ਵੀ ਲਾ ਲਓ ਤਾਂ ਕਿ ਸਾਰੇ ਅੰਦਰ ਬੈਠ ਕੇ ਬਹਿਸ ਕਰ ਸਕਣ ਸਿੰਬੋਲਿਕ ਮੈਸੇਜ ਸੀਗਾ ਸੋ ਉਹਨੂੰ ਗਲਤ ਟੈਗ ਨਾਲ ਇੰਟਰਪ੍ਰੀਟ ਕਰਨ ਦੀ ਕੋਸ਼ਿਸ਼ ਕਾਂਗਰਸ ਪਾਰਟੀ ਲੇਕਿਨ ਰਾਜਾਪਟਨ ਕਿਹਾ ਰਹੇ ਭੁੱਲਣ ਦਾ ਸਮਾਂ ਨਹੀਂ ਰਾਜਾਪਟਨ ਕੀ ਦੀ ਗੱਲ ਦਾ ਰਾਜਾਪਟਨ ਜੀ ਨੇ ਕੱਲ ਦੀ ਗੱਲ ਕਰੀਏ ਸਵੇਰੇ ਉਹਨਾਂ ਨੇ ਪਹਿਲਾਂ ਚੌਨਾਬਰ ਚ ਘੰਟਾ ਬਾਗ ਲਿਆ ਫਿਰ ਉਸ ਤੋਂ ਬਾਅਦ 0 ਆਵਰ ਘੰਟਾ ਚੱਲਿਆ ਇਹਨਾਂ ਦੇ ਸਮੇਂ ਤੱਕ ਕਾਂਗਰਸ ਪਾਰਟੀ ਜਦੋਂ ਮੈਂ ਲੀਡਰ ਆਫ اپੋਜੀਸ਼ਨ ਸੀਗਾ ਕਿੰਨਾ ਚੱਲਦਾ ਹੁੰਦਾ ਸੀ ਤੁਸੀਂ ਵੀ ਕਵਰ ਕਰਦੇ ਸੀਗੇ 0 ਆਵਰ ਕਿੰਨਾ ਚੱਲਦਾ ਸੀਗਾ 5 ਤੋਂ 10 ਮਿੰਟ ਅਸੀਂ 0 ਆਵਰ ਘੰਟਾ ਕੀਤਾ 1 ਘੰਟਾ ਇਹਨਾਂ ਦੀ ਪਾਰਟੀ ਦੇ ਕਾਂਗਰਸ ਪਾਰਟੀ ਦੇ ਜਿੱਥੇ ਸਾਡੀ ਪਾਰਟੀ ਦੇ ਬਹੁਤ ਸਾਰੇ ਨਮਾਇਦੇ ਬੋਲੇ ਉੱਥੇ ਕਾਂਗਰਸ ਪਾਰਟੀ ਦੀਆਂ ਦੂਜੀਆਂ ਪਾਰਟੀਆਂ ਦੇ ਬਹੁਤ ਸਾਰੇ ਲੋਕਾਂ ਨੇ ਆਪਣੀ ਗੱਲ ਜੜੀ ਆ ਪੰਜਾਬ ਵਿਧਾਨ ਸਭਾ 'ਚ ਰੱਖੀ ਸਰਕਾਰ ਦੇ ਸਾਹਮਣੇ ਰੱਖੀ ਔਰ ਉਸ ਤੋਂ ਬਾਅਦ ਕਾਲ ਅਟੈਂਸ਼ਨ ਮੋਸ਼ਨ ਆਇਆ ਧਿਆਨ ਦਿਵਾਉ ਬਤਿਆਏ ਉਥੇ ਇਹ ਬੋਲੇ ਫਿਰ ਜਦੋਂ ਬਹਿਸ ਸ਼ੁਰੂ ਹੋਈ ਜਦੋਂ ਬਜਟ ਦੇ ਉੱਤੇ ਬਹਿਸ ਸ਼ੁਰੂ ਹੋਈ ਤਾਂ ਉਦੋਂ ਮਾਨਜੋਗ ਲੀਡਰ ਆਫ ਦੀ اپੋਜੀਸ਼ਨ ਨੇ ਕਿਹਾ ਕਿ ਔਨ ਬਿਹਾਫ ਆਫ ਕਾਂਗਰਸ ਪਾਰਟੀ ਮੈਂ ਸਾਰੀਆਂ ਗੱਲਾਂ ਮੈਂ ਬੋਲੂਗਾ ਇਹ ਮਾਨਜੋਗ ਸਪੀਕਰ ਸਾਹਿਬ ਨੂੰ ਰਿਕੁਐਸਟ ਕੀਤੀ ਕਿ ਸਾਡਾ 30 ਮਿੰਟ ਵੜਦਾ ਸਮਾਂਗਾ ਤਾਂ ਮੈਂ ਬੋਲੂਗਾ ਤਮਾਂ ਦੇ ਸਪੀਕਰ ਸਾਹਿਬ ਨੇ ਬਿਲਕੁਲ ਉਹਨੂੰ ਕਿਹਾ ਉਹ ਉਹਨੇ ਇਹ ਵੀ ਕਿਹਾ ਸਦਨ ਦੇ ਅੰਦਰ ਕਿ ਮੈਂ ਸਾਰੇ ਆਪਣੇ ਜਿਹੜੇ ਮੇਰੇ ਕੋਲੀਗ ਵਿਧਾਇਕ ਨੇ ਕਾਂਗਰਸ ਪਾਰਟੀ ਦੇ ਮੈਂ ਉਹਨੂੰ ਤਾਂ ਮਾਫੀ ਆਪਣੇ ਆਪ ਮੰਗ ਲੂੰਗਾ ਪਰ ਮੈਂ ਬੋਲੂੰਗਾ ਤਾਂ 30 ਮਿੰਟ ਉਹ ਲਗਾਤਾਰ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਬੋਲਦੇ ਰਹੇ ਬੋਲਣ ਤੋਂ ਬਾਅਦ ਉੱਠ ਕੇ ਬਾਹਰ ਚਲੇ ਗਏ ਔਰ ਜੋ ਦੂਜੀਆਂ ਪਾਰਟੀਆਂ ਦੇ ਹੋਰ ਵਿਧਾਇਕ ਸਹਿਬਾਨ ਨੂੰ ਔਰ ਸਾਡੀ ਪਾਰਟੀ ਦੇ ਵਿਧਾਇਕ ਸਹਿਬਾਨ ਨੂੰ ਸਮਾਂ ਮਿਲਿਆ ਔਰ ਉਸ ਤੋਂ ਬਾਅਦ ਵੀ ਉਸ ਤੋਂ ਬਾਅਦ ਵੀ ਜਦੋਂ ਉਹਨਾਂ ਦਾ ਸਮਾਂ ਪੂਰਾ ਹੋ ਗਿਆ ਸਰਦਾਰ ਸਾਡੇ ਸਪੀਕਰ ਸਾਹਿਬ ਨੇ ਸਰਦਾਰ ਗੁਲਤਾਰ ਸਿੰਘ ਸੰਧਵਾਜੀ ਨੇ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੇ ਕੁਸਟੋਡੀਅਨ ਸਾਹਿਬ ਨੇ 5 ਮਿੰਟ ਦਾ ਸਮਾਂ ਰਾਜਾ ਬੜਕ ਜੀ ਨੂੰ ਦਿੱਤਾ ਕਿ ਤੁਸੀਂ ਬੋਲੋ ਪਰ ਲੇਕਰ ਉਹ ਕਹਿੰਦੇ ਸੀ ਨਹੀਂ ਮੈਨੂੰ ਵੀ ਘੰਟਾ ਦਿਓ ਮੈਂ ਵੀ ਹੋਰ ਬੋਲਣਾ ਹੈਗਾ ਸੋ ਇੱਕ ਬਰਿਆਦਾ ਹੁੰਦੀ ਆ ਇੱਕ ਕਾਨੂੰਨ ਬਣਿਆ ਆ ਉਸ ਕਾਨੂੰਨ ਚ ਕੰਮ ਕਰਨਾ ਹੁੰਦਾ ਇੱਕ ਮਰਿਆਦਾ ਚ ਕੰਮ ਕਰਨਾ ਹੁੰਦਾ ਇਹਦਾ ਮਤਲਬ ਆ ਕਿ ਕਾਂਗਰਸ ਪਾਰਟੀ ਕਾਨੂੰਨ ਚ ਵਿਸ਼ਵਾਸ ਨਹੀਂ ਰੱਖਦੀ ਕਾਂਗਰਸ ਪਾਰਟੀ ਜੋ ਕਾਨੂੰਨ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਨੇ ਬਣਾਇਆਗਾ ਸਾਡੇ ਸੰਵਿਧਾਨ ਦੇ ਨਿਰਮਾਤਾ ਸਾਹਿਬ ਨੇ ਬਣਾਇਆ ਕਿ ਕਾਂਗਰਸ ਪਾਰਟੀ ਚ ਜਕੀਨੀ ਰੱਖਦੀ ਹੈਗੀ ਇਥੇ 23 ਪਾਸਟੋ ਦਾ ਕਾਂਗਰਸ ਪਾਰਟੀ ਚ ਕੀ ਨਹੀਂ ਰੱਖਦੀ ਅਸੀਂ ਉਹਨਾਂ ਦੇ ਮੈਂਬਰ ਐਮ ਐਲ ਏ ਸਹਿਵਾਨ ਉਹਨਾਂ ਦੇ ਸੰਦੀਪ ਜਾਖੜ ਜੀ ਨੂੰ ਟਾਈਮ ਦਿੱਤਾ ਕਿ ਤੁਸੀਂ ਬੋਲੋ ਉਸ ਤੋਂ ਪਹਿਲਾਂ ਬਹੁਤ ਸਾਰੇ ਉਹਨਾਂ ਦੇ ਬੁਲਾਰੇ ਬੋਲੇ ਸੋ ਕਾਂਗਰਸ ਪਾਰਟੀ ਅੱਜਕੱਲ ਪੰਜਾਬ ਚ ਇੱਕ ਡਰਾਮਾ ਪਾਰਟੀ ਬਣ ਚੁੱਕੀ ਆ ਡਰਾਮੇ ਕਰਨ ਤੋਂ ਸਵਾਇ ਕੁਛ ਹੈ ਨਹੀਂ ਲੀਡਰਸ਼ਿਪ ਇਹਨਾਂ ਦੀ ਆਪਸ ਵਿੱਚ ਲੜੀ ਜਾਂਦੀ ਆ ਆਪਸ ਵਿੱਚ ਇਹ ਜਿਹੜਾ ਹੈਗਾ ਕੋਈ ਬਾਹਰ ਕੋਈ ਠੋਕੋ ਤਾਲੀ ਵਾਲਾ ਘੁੰਮ ਰਿਹਾ ਕੋਈ ਪਤਾ ਨਹੀਂ ਡਰਾਮਾ ਵਾਲਾ ਘੁੰਮ ਰਿਹਾ ਮਤਲਬ ਇਦਾਂ ਦੇ ਸੀਨ ਬਣੇ ਹੋਏ ਨੇ ਕਾਂਗਰਸ ਪਾਰਟੀ 'ਚ ਕਿ ਇੱਕ ਡਿਫਰੈਂਟ ਕਿਸਮ ਦਾ ਮਾਹੌਲ ਜਿਹੜਾ ਬਣਿਆ ਹੋਇਆ ਇਹ ਸਟੇਟ ਨੂੰ ਕੋਈ ਸਿਹਤ ਨਹੀਂ ਦੇ ਸਕਦੇ ਜਿਹੜੇ ਆਪਣੇ ਆਪ ਨੂੰ ਸਿਹਤ ਨਹੀਂ ਦੇ ਸਕਦੇ ਉਹ ਸਟੇਟ ਨੂੰ ਕੀ ਸਿਹਤ ਦੇਣਗੇ ਇੱਕ ਆਪੋਜੀਸ਼ਨ ਨੇ ਵੀ ਕਹਿੰਦੀ ਕਹਿੰਦੇ ਕਿ ਇਹ ਕਿਹਾ ਸੀ ਕਿ ਮਾਈਨਿੰਗ 'ਚੋਂ 20000 ਕਰੋੜ ਆਏਗਾ ਐਕਸਾਈਜ਼ 'ਚੋਂ ਪੈਸਾ ਆਏਗਾ ਉਹ ਪੈਸਾ ਆਇਆ ਨਹੀਂ ਐਕਸਾਈਜ਼ ਡਿਪਾਰਟਮੈਂਟ ਮੇਰੇ ਕੋਲੇ ਆ ਐਕਸਾਈਜ਼ ਦੇ ਵਿੱਚ ਜਿੱਦੇ ਕਾਂਗਰਸ ਪਾਰਟੀ ਦਾ ਰਾਜ ਸੀਗਾ ਕਿੰਨੀ ਆਮਦਨ ਸੀ 6155 ਕਰੋੜ 6150 ਕਰੋੜ 51 ਕਰੋੜ ਰੁਪਏ ਆਮਦਨ ਸੀ 6151 ਕਰੋੜ ਰੁਪਏ ਆਮਦਨ ਕਿਦੇ ਸਮੇ ਹੁੰਦੀ ਸੀ ਕਾਂਗਰਸ ਪਾਰਟੀ ਦੇ ਸਮੇ ਹੁੰਦੀ ਸੀ ਔਰ ਸਾਡੀ ਸਰਕਾਰ ਦੇ ਸਮੇ ਦੋ ਸਾਲਾਂ ਚ 10350 ਕਰੋੜ ਰੁਪਏ ਕਿੰਨੇ ਕਰੋੜ ਰੁਪਏ ਵੱਧ ਗਿਆ 4000 ਕਰੋੜ 4000 ਕਰੋੜ ਰੁਪਏ ਤੋਂ ਉੱਪਰ ਦਾ ਆਮਦਨ ਦਾ ਵਾਅਦਾ ਐਕਸਾਈਜ਼ ਦੇ ਅੰਦਰ ਅਸੀਂ ਕੀਤਾ ਰਹੀ ਗੱਲ ਤੁਸੀਂ ਮਾਈਲਿੰਗ ਦੀ ਮਾਈਲਿੰਗ ਦੇ ਸਮੇ ਇਹਨਾਂ ਦੇ ਸਮੇਂ ਰੇਤਾ 70-80 ਰੁਪਏ ਫੁੱਟ ਮਿਲਦਾ ਸੀ 100 ਰੁਪਏ ਫੁੱਟ ਮਿਲਦਾ ਸੀਗਾ ਜਦੋਂ ਠੋਕੋ ਤਾਲੀ ਉਹਦੀ ਮੰਤਰੀ ਹੁੰਦੇ ਸੀਗੇ ਉਦੋਂ 100 ਰੁਪਏ ਫੁੱਟ ਰੇਤਾ ਮਿਲਦਾ ਸੀਗਾ ਔਰ ਸਰਦਾਰ ਭਗਵੰਤ ਸਿੰਘ ਮਾਹ ਜੀ ਦੀ ਮੈਂ ਸੋਚ ਨੂੰ ਸਲਾਮ ਕਰਦਾ ਕਿ ਉਹਨਾਂ ਦੇ ਸਮੇਂ 5.5 ਰੁਪਏ ਕਿਊਬਿਕ ਫੁੱਟ ਰੇਤਾ ਮਿਲ ਰਿਹਾਗਾ ਔਰ ਮਾਇਨੇਕ ਵੀ ਜੜੀਆਂ ਜੜੀਆਂ ਜਿਹੜੇ ਲੋਕ ਨੇਗੇ ਉਹ ਆਪਣੇ ਆਪਣੇ ਘਰਾਂ ਲਈ ਟਰਾਲੀ 'ਚ ਕਿਸੇ ਹੋਰ ਤੇ ਇੱਕ ਵਾਹਕਲ ਤੇ ਲੈ ਜਾ ਕੇ ਆਪਣਾ ਘਰ ਬਣਾ ਸਕਦੇ ਨੇ ਕਿ ਸਿਰਫ 5.5 ਰੁਪਏ ਕਰਕੇ ਸੋ ਰੈਵਨਿਊ ਨਹੀਂ ਆਇਆ ਜਿਹੜਾ 20000 ਕਰੋੜ ਦਾ ਸੀਕਰ ਦੇਖੋ ਮੈਂ ਉਹੀ ਗੱਲ ਕਰ ਰਿਹਾ ਨਾ ਜੇ ਅਸੀਂ ਉਹ ਲੋਕਾਂ ਲਈ ਇਹ ਸਹੂਲਤ ਦੇਤੀ ਕਿ 5.5 ਰੁਪਏ ਲਓ ਤਾਂ ਮੈਂ ਰੈਵਨਿਊ ਤਾਂ ਘਟੂਗਾ ਨਾ 5.5 ਰੁਪਏ ਜਿਹੜੀ ਗੱਲ ਆ 5.5 ਰੁਪਏ ਕਰਤਾ ਪੰਜਾਬ 'ਚ ਸੋ ਇਸ ਤੋਂ ਸਸਤਾ ਹੋਰ ਕੀ ਹੋ ਸਕਦਾਗਾ ਸੋ ਬਿਲਕੁਲ ਅਸੀਂ ਲੋਕਾਂ ਨੂੰ ਸਹੂਲਤਾਂ ਵੀ ਦੇ ਰਹੇ ਆਂ ਔਰ ਲੋਕਾਂ ਦਾ ਖਿਆਲ ਵੀ ਰੱਖ ਰਹੇ ਆਂ ਔਰ ਜਿੱਥੇ ਰੈਵਨਿਊ ਵਧਣਾਗਾ ਉੱਥੇ ਲਗਾਤਾਰ ਰੈਵਨਿਊ ਵਧ ਰਿਹਾ ਦੂਸਰਾ ਵੀ ਇੱਕ ਕੀ ਕਿਉਂਕਿ ਕੇਂਦਰ ਸਰਕਾਰ ਨੇ ਤੁਸੀਂ ਇਹ ਕਹਿੰਦੇ ਹੋ ਕਿ ਆਰਡੀਐਫ ਦਾ ਪੈਸਾ ਰੋਕਿਆ ਹੈ ਹੈਲਥ ਦਾ ਪੈ ਕਿੰਨਾ ਪੈਸਾ ਇਸ ਵळे ਰੁਕਿਆ ਹੈ ਕਿਹੜੀਆਂ ਕਿਹੜੀਆਂ ਪੰਜਾਬ ਸਰਕਾਰ ਦੇ ਸਾਹਮਣੇ ਚੈਲੰਜ ਨੇ ਫਾਈਨਾਂਸ ਦੇ ਹਿਸਾਬ ਦੇ ਨਾਲ ਕਿ ਜੇਕਰ ਇਹ ਪੈਸਾ ਵੀ ਆ ਜੇ ਤਾਂ ਫਿਰ ਗੱਲ ਬਣੇਗੀ ਔਰ ਕਿੱਥੇ ਕੇਂਦਰ ਕੀ ਕਹਿ ਰਿਹਾ ਦੇਖੋ ਲਗਭਗ ਕੇਂਦਰ ਸਰਕਾਰ ਨੇ ਸਾਡਾ 8000 ਕਰੋੜ ਰੁਪਇਆ 8000 ਕਰੋੜ ਰੁਪਇਆ ਸਾਡਾ ਸਿੱਧੇ ਤੌਰ ਤੇ ਰੁਕਿਆ ਹੋਇਆ ਔਰ ਲਗਭਗ 6500 ਕਰੋੜ ਰੁਪਇਆ ਉਹ ਵੀ ਸੈਂਟਰ ਸਰਕਾਰ ਦੇ ਖਿਲਾਫ ਬਣਦਾਗਾ ਉਹ ਵੀ ਡਾਕਟਰ ਰਮੇਸ਼ ਚੰਦਰ ਜੀ ਦੀ ਕਮੇਟੀ ਸੀਗੀ ਜਿੱਦਾਂ ਜਦੋਂ ਸੀਸੀਆ ਲਿਮਟ ਦਾ ਪੈਸੇ ਅਕਾਲੀ ਦਲ ਜਿਹੜੇ ਜਾਂਦੇ ਜਾਂਦੇ 2017 ਚ 31000 ਕਰੋੜ ਰੁਪਏ ਜਾਂਦੇ ਜਾਂਦੇ ਲਾਸਟ ਮੰਨ ਦੇ ਵਿੱਚ 31000 ਕਰੋੜ ਰੁਪਏ ਦਾ ਕਰਜ਼ਾ ਪੰਜਾਬ ਸਰ ਚੜਾਗੇ ਸੀਗੇ ਸੋ ਉਹ ਉਹਦੇ ਵਿੱਚ ਅਸੀਂ ਇੱਕ ਕਮੇਟੀ ਬਣੀ ਸੀ ਰਮੇਸ਼ ਚੰਦਰ ਜੀ ਤੇ ਉਹਨਾਂ ਨੇ ਕਿਹਾ ਸੀ ਕਿ ਸਾਡੇ 6000 ਕਰੋੜ ਰੁਪਏ 6500 ਕਰੋੜ ਰੁਪਏ ਸੈਂਟਰ ਸਰਕਾਰ ਪੇ ਕਰੂ ਉਹ ਸਾਡਾ ਬਣਦਾਗਾ ਉਹ ਵੀ ਰੋਕ ਰੱਖਿਆ ਆਰ ਡੀ ਐਫ ਦਾ ਪੈਸਾ ਮੰਡੀ ਬੋਰਡ ਦਾ ਪੈਸਾ ਔਰ ਅਯੁਸ਼ਮਨ ਭਾਪਤ ਜਿਹੜਾ ਦੇਸ਼ਲ ਹੈਲਥ ਮਿਸ਼ਨ ਆ ਅਯੁਸ਼ਮਨ ਭਾਰਤ ਸਕੀਮ ਦਾ ਪੈਸਾ ਇਹ ਸਾਰੇ ਪੈਸੇ ਕੇਂਦਰ ਸਰਕਾਰ ਨੇ ਇੱਕ ਗਿਣੀ ਮਿਤੀ ਸਾਜਿਸ਼ ਦੇ ਦੀਨ ਭਾਰਤੀ ਜਨਤਾ ਪਾਰਟੀ ਨੇ ਗਿਣੀ ਮਿਤੀ ਸਾਜਿਸ਼ ਦੇ ਦੀਨ ਰੋਕੇ ਹੋਏ ਨੇ ਕਿ ਸੋ ਜੇ ਪੈਸਾ ਸਾਰਾ ਆ ਜਾਂਦਾ ਮੈਂ ਸਮਝਦਾ ਪੰਜਾਬ ਦੀ ਇਕਨੋਮੀ ਹੋਰ ਗਰੂ ਕਰੂਗੀ ਇਹ ਪੈਸੇ ਆਉਣ ਦੇ ਨਾਲ ਸਾਨੂੰ ਹੋਰ ਵੱਡੀ ਰਾਤ ਮਿਲੂਗੀ ਸਾਡਾ ਜਿਹੜਾ ਕਿਤੇ ਡੈਟਾ ਹੋਰ ਵੀ ਘਟੂਗਾ ਕਰਜ਼ਾ ਜਿਹੜਾ ਹੈਗਾ ਹੋਰ ਵੀ ਘਟੂਗਾ ਮੁੱਖ ਮੰਤਰੀ ਰੰਗਲਾ ਪੰਜਾਬ ਬਣਾਉਂਦਾ ਜ਼ਿਕਰ ਕਰਦੇ ਆ ਤੁਹਾਡਾ ਇਹ ਬਜਟ ਉਸ ਵਿਜ਼ਨ ਬਲੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਦਿਖਦਾ ਲੇਕਿਨ ਜਦੋਂ ਪੈਸੇ ਦੇ ਹਿਸਾਬ ਕਿਤਾਬ ਕੈਲਕੂਲੇਸ਼ਨ ਦੇਖੀ ਜਾਵੇ ਤੁਹਾਨੂੰ ਕੀ ਲੱਗਦਾ ਹੈ ਕਿ ਜੇਕਰ ਹੋਰ ਪੈਸਾ ਹੁੰਦਾ ਜਾਂ ਇਹ ਪੈਸੇ ਆਏ ਹੁੰਦੇ ਤਾਂ ਇਹ ਚੀਜ਼ਾਂ ਵੀ ਦਿੱਤੀਆਂ ਜਾ ਸਕਦੀਆਂ ਸੀ ਇਹ ਚੀਜ਼ਾਂ ਵੀ ਕੀਤੀਆਂ ਜਾ ਸਕਦੀਆਂ ਸੀ ਜਾਂ ਤੁਹਾਨੂੰ ਲੱਗਦਾ ਹੈ ਕਿ ਇਹ ਚੀਜ਼ ਰਹਿ ਗਈ ਇਹ ਅਗਲੇ ਬਜਟ ਦੇ ਵਿੱਚ ਜਿਹੜੀ ਹੈ ਜ਼ਰੂਰ ਰਹੇਗੀ ਦੇਖੋ ਬਿਲਕੁਲ ਜੀ ਆਰਡੀਐਫ ਦਾ ਪੈਸਾ ਆਇਆ ਹੁੰਦਾ ਤਾਂ ਮੈਂ ਸਮਝਦਾ ਜਿਹੜੀਆਂ ਮੰਡੀਆਂ ਕਿਤੇ ਨਾ ਕਿਤੇ ਥੋੜੀਆਂ-ਬਹੁਤੀਆਂ ਖਰਾਬ ਹੋ ਗਈਆਂ ਜਿਹੜੇ ਸੜਕਾਂ ਨੇ ਉਹ ਖਰਾਬ ਹੋ ਗਈਆਂ ਉਹ ਸਮੇਂ ਸਿਰ ਠੀਕ ਹੋ ਜਾਂਦੇ ਪਰ ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਜੀ ਅਸੀਂ ਲੱਗੇ ਹੋਏ ਹਾਂ ਕਿ ਉਹ ਸਾਰੀਆਂ ਅਸੀਂ ਠੀਕ ਕਰਾਂਗੇ ਅਸੀਂ ਇਹ ਨਹੀਂ ਕਿ ਅਸੀਂ ਕੇਂਦਰ ਸਰਕਾਰ ਦੇ ਉੱਤੇ ਛੱਡ ਦਾਂਗੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੀ ਮਰਜ਼ੀ ਤੇ ਛੱਡ ਦਾਂਗੇ ਅਸੀਂ ਬਿਲਕੁਲ ਅਸੀਂ ਆਪ ਦੇ ਯਤਨਾਂ ਦੇ ਨਾਲ ਉਹ ਸਾਰੀਆਂ ਸਥਿਤੀਆਂ ਨੂੰ ਠੀਕ ਕਰਾਂਗੇ ਪਰ ਲੇਕਿਨ ਜੇ ਉਹ ਆਏ ਤਾਂ ਮੈਂ ਸਮਝਦਾ ਕੰਮ ਅੱਛੇ ਤਰੀਕੇ ਨਾਲ ਹੋਏਂਦਾ ਜੇ ਯੋਸ਼ਮਨ ਭਾਰਤ ਸਕ ਹੋਰ ਅਛੇ ਤਰੀਕੇ ਨਾਲ ਹੋ ਸਕਦਾਗਾ ਪਰ ਲੇਕਿਨ ਸਰਕਾਰ ਦੀ ਕਮਿਟਮੈਂਟ ਆ ਵਾਦਾਗਾ ਅਸੀਂ 100% ਕਰ ਰਹੇ ਆ ਅਸੀਂ ਜਿੰਨਾ ਮਰਜ਼ੀ ਪੈਸਾ ਰੋਕ ਲੈਣਾ ਪਰ ਲੇਕਿਨ ਅਸੀਂ ਆਪਣੇ ਸਾਧਨ ਪੈਦਾ ਕਰਕੇ ਅਸੀਂ ਜਰੂਰ ਜਿੰਨੀਆਂ ਗਾਰੰਟੀਆ ਜੋ ਕਮਿਟਮੈਂਟ ਸਾਡੀ ਅਸੀਂ ਉਹ ਪੂਰੀਆਂ ਕਰਾਂਗੇ ਇਸ ਬਜਟ ਚੋਂ ਇੱਕ ਚੀਜ਼ ਹੋਰ ਦੇਖੀਏ 9000 ਕਰੋੜ ਰੁਪਏ ਤੁਸੀਂ ਕਿਸਾਨਾਂ ਦੇ ਲਈ ਸਬਸਿਡੀ ਬਿਜਲੀ ਦੇ ਲਈ ਰੱਖੀ ਹੈ ਟੋਟਲ ਬਿਜਲੀ ਦੀ ਸਬਸਿਡੀ 20000 ਕਰੋੜ ਰੁਪਏ ਦੇ ਕਰੀਬ ਹੈ ਤੁਹਾਨੂੰ ਲੱਗਦਾ ਨਹੀਂ ਕਿ ਇਹ ਪੂਰਾ ਇੱਕ ਜਿਹੜਾ ਸਿਸਟਮ ਹੈ ਉਸ ਨੂੰ ਹਿਲਾ ਦਿੰਦੀ ਹੈ 20000 ਕਰੋੜ ਹੈ ਜੇਕਰ 300 ਯੂਨਿਟ ਬਿਜਲੀ ਦੀ ਵੀ ਗੱਲ ਕੀਤੀ ਜਾਵੇ ਇੰਨੀ ਸਬਸਿਡੀ ਜਿਹੜੀ ਆ ਤੁਹਾਡੇ ਤੇ ਬੋਝ ਪੈ ਰਿਹਾ ਬਿਲਕੁਲ ਲਗਭਗ 9330 ਕਰੋੜ ਰੁਪਏ ਤਾਸੀ ਰੱਖੇ ਨੇਗੇ ਕਿਸਾਨਾਂ ਦੀ ਬਿਜਲੀ ਲਈ ਜਿਹੜੀ ਕਿਸਾਨਾਂ ਦੀ ਟਿਊਬਲ ਬਿਜਲੀ ਆ ਉਹਦੇ ਲਈ ਜਾ ਰਹੇ ਨੇ ਔਰ ਇੰਡਸਟਰੀ ਜਿਹੜੀ ਪੰਜਾਬ ਚ ਇੰਡਸਟਰੀ ਆ ਉਹਦੇ ਲਈ ਵੀ ਅਸੀਂ 3300 70 67 ਕਰੋੜ ਰੁਪਏ 3367 ਕਰੋੜ ਰੁਪਏ ਜਿਹੜੀ ਬਿਜਲੀ ਮੈਸਰਾਂਡ ਇੰਡਸਟਰੀ ਖੇਤਰੋਂ ਜਾ ਰਹੀ ਉਹਦੇ ਲਈ ਸਸਤੀ ਬਿਜਲੀ ਦੇਣ ਦਾ ਵਾਦਾ ਉਹਦੇ ਲਈ ਰੱਖੇ ਨੇਗੇ ਇਸੇ ਤਰ੍ਹਾਂ 7780 ਕਰੋੜ ਰੁਪਏ 7080 ਕਰੋੜ ਰੁਪਏ ਜਿਹੜੇ ਨੇਗੇ ਉਹ 300 ਯੂਨਟ ਜਿਹੜੇ ਮੁਫਤ ਲੋਕ ਕਰ ਦਿੱਤੇ ਉਹਦੇ ਲਈ ਰੱਖੇ ਨੇਗੇ ਸੋ ਲਗਭਗ 20000 ਕਰੋੜ ਦੇ ਨੇੜੇ ਚੱਲਿਆ ਜਾਂਦਾ ਹੈ ਪਰ ਲੇਕਿਨ ਅਸੀਂ ਉਹਦੇ ਨਾਲ ਨਾਲ ਅਸੀਂ ਆਪਣੇ ਸਾਧਨ ਜਿਹੜਾ ਆਪ ਤੇ ਸੋਮੇ ਪੈਦਾ ਕਰ ਰਹੇ ਹਾਂਗੇ ਉਹਨਾਂ ਉਹਨਾਂ ਸੋਮੇ ਸਾਰਿਆਂ ਤੋਂ ਸਾਧਨਾ ਤੋਂ ਜਿਹੜਾ ਸੀ ਇਹ ਸਬਸਿਡੀ ਪੇ ਕਰ ਰਹੇ ਹਾਂ ਬਜਟ ਦੇ ਨਾਲ-ਨਾਲ ਜਾਂਦੇ ਜਾਂਦੇ ਦੋ ਸਿਆਸੀ ਸਵਾਲ ਵੀ ਅਕਾਲੀ ਭਾਜਪਾ ਅਲਾਈਅੰਸ ਕਰਨ ਜਾ ਰਿਹਾ ਹੈ ਜਿਹੜੇ ਸੋਰਸਿਸ ਸੇ ਜਾਣਕਾਰੀ ਦੇ ਰਹੇ ਨੇ 8-5 ਦੀ ਸ਼ਾਇਦ ਰੇਸ਼ੋ ਬਣ ਜਲਦੀ ਹੈ ਆਮ ਆਦਮੀ ਪਾਰਟੀ ਨੂੰ ਖਤਰਾ ਹੋਏਗਾ ਕਿਉਂਕਿ ਸ਼ਹਿਰੀ ਤੇ ਪਿੰਡੂ ਵੋਟ ਜੇਕਰ ਇਕੱਠੀ ਹੋ ਜਾਂਦੀ ਹੈ ਦੇਖੋ ਅਕਾਲੀ ਦਲ ਭਾਜਪਾ ਜਿੰਨਾ ਮਰਜ਼ੀ ਘਟ ਜੋੜ ਕਰ ਲਵੇ ਪੰਜਾਬ ਦੇ ਲੋਕਾਂ ਨੂੰ ਪਤਾ ਸੀਗਾ ਕਿ ਅਕਾਲੀ ਦਲ ਭਾਜਪਾ ਦੇ ਸਮੇਂ ਇੱਕ ਬਹੁਤ ਵੱਡੀ ਸਾਜਿਸ਼ ਜਿਹੜੀ ਆ ਉਹ ਰਚੀ ਗਈ ਸੀ ਔਰ ਸਾਡੇ ਧਾਰਮਿਕ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੀ ਬੀਅਦਬੀ ਜਿਹੜੀ ਆ ਉਹ ਅਕਾਲੀ ਦਲ ਭਾਜਪੀ ਦੀ ਸਰਕਾਰ ਦੇ ਸਮੇਂ ਇੱਕ ਗਿਣੀ ਮਿੱਥੀ ਸਾਜਿਸ਼ ਦੇ ਦੀਨ ਇੱਕ ਸੌੜੇ ਸਿਆਸੀ ਹਿੱਤਾਂ ਨੂੰ ਪੂਰੇ ਕਰਨ ਦੇ ਲਈ ਕਿ ਆਪਣੇ ਸਿਆਸੀ ਹਿੱਤ ਪੂਰੇ ਕਰ ਲੈਣੇ ਇਹਨਾਂ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ ਤੋਂ ਮੈਂ ਸਮਝਦਾ ਜਿੰਨੇ ਮਰਜ਼ੀ ਘੱਟ ਜੋੜ ਕਰ ਲੈਣ ਅਕਾਲੀ ਦਲ ਭਾਜਪੀ ਨੂੰ ਪੰਜਾਬ ਦੇ ਲੋਕ ਬੁਰੀ ਤਰ੍ਹਾਂ ਸਭ ਕੁਝ ਸਿਖਾਉਣਗੇ ਦੋ ਤਿੰਨ ਵਾਰ ਸਭ ਕੁਝ ਸਿਖਾਤਾ ਐਸ ਸਮੇਂ ਹਾਸ਼ੀਏ ਤੇ ਲਗੇ ਦੋਨੋਂ ਕੋਲੇ ਇੱਕ ਜਾਂ ਦੋ ਸੀਟਾਂ ਲਗੀਆਂ ਸੋ ਆਉਣ ਵਾਲੇ ਸਮੇਂ 'ਚ ਇਹਦੂ ਵੀ ਵੱਡਾ ਲੋਕ ਪੰਜਾਬ ਦੇ ਲੋਕ ਸਭ ਕੁਝ ਸਿਖਾਉਣਗੇ ਪੰਜਾਬ ਦੇ ਲੋਕਾਂ ਨੂੰ ਪਤਾਗਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਨਾਲ ਨਫ਼ਰਤ ਕਰਦੀ ਆ 700 ਤੋਂ ਉੱਪਰ ਕਿਸਾਨ 700 ਤੋਂ ਉੱਪਰ ਕਿਸਾਨ ਦੀ ਮੌਤ ਕਦੋਂ ਹੋਈ ਸੀ ਜਦੋਂ ਦਿੱਲੀ ਦੇ ਅੰਦਰ ਕਿਸਾਨੀ ਸੰਘਰਸ਼ ਚੱਲ ਰਿਹਾ ਸੀਗਾ ਉਸ ਸਮੇਂ ਘਟਚੋ ਟੁੱਟਿਆ ਸੀਗਾ ਅੱਜ ਦੁਬਾਰੇ ਕਿਸਾਨੀ ਸੰਘਰਸ਼ ਚੱਲ ਰਿਹਾਗਾ ਅੱਜ ਇੱਕ ਨੌਜਵਾਨ ਦੇ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਉਹ ਵੀ ਕਿਹਨੇ ਮਾਰਿਆ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਮੈਨੂੰ ਸਮਝ ਨਹੀਂ ਆਉਂਦਾ ਕਿ ਕਿਹੜੇ ਮੂੰਹ ਦੇ ਨਾਲ ਕਿਸਾਨਾਂ ਦੀ ਪਾਰਟੀ ਕਹੋਂਦੀ ਹੈ ਅਕਾਲੀ ਦਲ ਕਿਹੜੇ ਮੂੰਹ ਦੇ ਨਾਲ ਕਿਸਾਨਾਂ ਦੀ ਪਾਰਟੀ ਜਿਹੜੀ ਆ ਉਹ ਭਾਜਪਾ ਨਾਲ ਸਮਝੌਤਾ ਕਰੂਗੀ ਜੇ ਕਰਦੇ ਨੇ ਤਾਂ ਪੰਜਾਬ ਦਾ ਕਿਸਾਨ ਪੰਜਾਬ ਦੇ ਇੰਡਸਟਰੀਸਟ ਪੰਜਾਬ ਦੇ ਆਮ ਲੋਕ ਜਿਹੜੇ ਨੇ ਕਿ ਜਿਹੜੇ ਮੈਂ ਸਮਝਦਾ ਇਨਸਾਫ ਪਸੰਦ ਲੋਕ ਨੇਗੇ ਉਹ ਭਾਰਤੀ ਜਨਤਾ ਪਾਰਟੀ ਨੂੰ ਅਕਾਲੀ ਦਲ ਨੂੰ ਬੁਰੀ ਤਰ੍ਹਾਂ ਸਾਬਤ ਕਰਦੇ ਜਿਹੜਾ ਤੁਸੀਂ 108 ਕਰੋੜ ਦਾ ਜ਼ਿਕਰ ਕੀਤਾ ਸੀ ਮੁੱਖ ਮੰਤਰੀ ਦੇ ਵੱਲੋਂ ਕਿ ਸੁਖਵਿਲਾ ਦੇ ਵਿੱਚ ਜਿਹੜਾ ਵਾ ਉਹ ਸਰਕਾਰ ਦੇ ਵਿੱਚ ਰਹਿੰਦੇ ਹੋਏ ਫਾਇਦਾ ਚੁੱਕਿਆ ਔਰ 108 ਕਰੋੜ ਰੁਪਏ ਦਾ ਸਰਕਾਰ ਨੂੰ ਚੋਣਾ ਲੱਗਾ ਉਸ ਦੇ ਉੱਤੇ ਕਾਰਵਾਈ ਹੋ ਰਹੀ ਹੈ ਉਸ ਦੇ ਉੱਤੇ ਕੋਈ ਜਾਂਚ ਬਿਠਾਈ ਗਈ ਹੈ ਉਸ ਦੇ ਉੱਤੇ ਕਿਉਂਕਿ ਅ ਅਕਾਲੀ ਦਲ ਵੱਲੋਂ ਇਹ ਕਿਹਾ ਗਿਆ ਹੈ ਕਿ ਅਸੀਂ ਤਾਂ ਮਾਨਹਾਨੀ ਦਾ ਕੇਸ ਜਿਹੜਾ ਵਾ ਉਹ ਭਗਵੰਤ ਮਾਨ ਹੋਰਾਂ ਦੇ ਉੱਤੇ ਕਰਾਂਗੇ ਦੇਖੋ ਜਿਹੜੀਆਂ ਗੈਰ ਕਾਨੂੰਨੀ ਗਤੀਵਿਧੀਆਂ ਗਿਆਰ ਕੁਰਨੀ ਕੰਮ ਪੰਜਾਬ ਨੂੰ ਬਰਬਾਦ ਵਾਲੇ ਬਰਬਾਦ ਕਰਨ ਵਾਲੇ ਕੰਮ ਅਕਾਲੀ ਦਲ ਦੇ ਸਮੇਂ ਭਾਰਤੀ ਜਨਤਾ ਪਾਰਟੀ ਦੇ ਸਮੇਂ ਕਾਂਗਰਸ ਪਾਰਟੀ ਦੇ ਸਮੇਂ ਹੋਏ ਨੇ ਉਹਨਾਂ ਸਾਰੇ ਉਹ ਜਾਂਚ ਦਾ ਵਿਸ਼ਾ ਨੇ ਔਰ ਜਾਂਚ ਉਹਨਾਂ ਸਾਰਿਆਂ ਦੀ ਜਾਂਚ ਹੋ ਰਹੀ ਆ ਬਿਲਕੁਲ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਊਗਾ ਪੰਜਾਬ ਦੇ ਲੋਕਾਂ ਨੂੰ ਇਨਸਾਫ ਅਸੀਂ ਦੇਣਾਗਾ ਇਹਨਾਂ ਨੇ ਜਿਹੜੀਆਂ ਅਰਬਾਂ ਖਰਬਾਂ ਦੇ ਜਦਾਦਾ ਬਣਾਈਆਂ ਰਹੀਆਂ ਉਹ ਸਾਰੀਆਂ ਦੇ ਦਾਦਾ ਕਿਤੋਂ ਬਣੀਆਂ ਨੇ ਕਿ ਪੰਜਾਬ ਦਾ ਖਜ਼ਾਨਾ ਲੁੱਟ ਕੇ ਬਣੀਆਂ ਰਹੀਆਂ ਇਹਨਾਂ ਦੀ ਆਮਦਨ ਆਵਾਦੀਆਂ ਰੰਜਾ ਜਿਹੜੇ ਕਾਲੀਦਲ ਬੀਜੇਪੀ ਦੇ ਲੀਡਰ ਨੇ ਉਹਨਾਂ ਦੀ ਆਮਦਨ 5-5000 ਗੁਣਾ ਵਧ ਗਈਆਂ ਕਾਂਗਰਸ ਪਾਰਟੀ ਦੇ ਲੀਡਰਾਂ ਦੀ ਆਮਦਨ 5-5000 ਗੁਣਾ ਵਧ ਗਈਆਂ ਔਰ ਪੰਜਾਬ ਤੇ ਗਰਜਾ ਚੜ ਗਿਆ ਔਰ ਪੰਜਾਬ ਬਰਬਾਦ ਹੋ ਗਿਆ ਔਰ ਪੰਜਾਬ ਚ ਚਿਟਾਲੇ ਆ ਕੇ ਬਾੜਤਾ ਇਹਨਾਂ ਨੇ ਪੰਜਾਬ ਦੇ ਹਰ ਘਰ ਦੇ ਅੰਦਰ ਕਾਲੀ ਕਿਹਦੇ ਸਮੇਂ ਚਿੱਟਾ ਆਇਆ ਕਾਲੀਦਲ ਬੀਜੇਪੀ ਦੇ ਸਮੇਂ ਆਇਆ ਉਹਨੂੰ ਪਰਫੁੱਲਤ ਕਿਹਨੇ ਕੀਤਾ ਕਾਂਗਰਸ ਪਾਰਟੀ ਨੇ ਕੀਤਾ ਗੁਟਕਾ ਸਾਹਿਬ ਕਾਂਗਰਸ ਪਾਰਟੀ ਨੇ ਗੁਟਕਾ ਸਾਹਿਬ ਸਾਡਾ ਮੱਥੇ 'ਤੇ ਲਾ ਕੇ ਕਿਹਾ ਸੀਗਾ ਕਿ ਅਸੀਂ ਪੰਜਾਬ ਚੋਂ ਨਸ਼ਾ ਖਤਮ ਕਰਦਾਂਗੇ ਚਾਰਾ ਹਫ਼ਤਾ ਚ ਪਰ ਲੇਕਿਨ 5 ਸਾਲ ਨਸ਼ਾ ਨਸ਼ਾ ਤਸਕਰਾਂ ਦੀ ਪੈਰ ਵੀ ਕਾਉਂਟ ਕਰਦਾ ਰਿਹਾ ਕਾਂਗਰਸ ਪਾਰਟੀ ਕਰਦੀ ਰਹੀ ਜਿਹਦੇ ਨੂੰ ਨਸ਼ੇ ਰਪਾਇਆ ਤਕੌਣ ਲੈ ਕੇ ਆਇਆ ਤੇ ਅਕਾਲੀ ਦਲ ਬੀਜੇਪੀ ਨਾਲ ਲੈ ਕੇ ਆਏ ਸੀ ਉਹਦੀ ਪੈਰ ਵੀ ਕਾਂਗਰਸ ਕਰਦੀ ਰਹੀ ਸੋ ਇਹ ਸਾਰੀਆਂ ਗੱਲਾਂ ਪੰਜਾਬ ਦੇ ਜਨਤਾ ਦੇ ਸਾਹਮਣੇ ਨੇ ਮੈਂ ਜਨਤਾ ਨੇ ਫੈਸਲਾ ਕਰਨਾਗਾ ਸੋ ਮੈਂ ਸਮਝਦਾ ਲੋਕਾਂ ਨੂੰ ਪਤਾਗਾ ਕਿ 10 ਸਾਲ ਦਾ ਅਕਾਲੀ ਦਲ ਦਾ ਰਾਜ ਜਿਹੜਾ ਸੀਗਾ ਅਕਾਲੀ ਦਲ ਬੀਜੇਪੀ ਦਾ ਰਾਜ ਸੀ ਉਹਨੇ ਪੰਜਾਬ ਨੂੰ ਕਿਸ ਹੱਦ ਤੱਕ ਬਰਬਾਦੀ ਦੇ ਕੰਡੇ ਤੇ ਲੈ ਕੇ ਗਏ ਨੇ ਕਿ ਸੋ ਇਹ ਪੰਜਾਬ ਦੇ ਬੱਚੇ-ਬੱਚੇ ਜਾਣਦੇ ਸੋ ਮੈਂ ਸਮਝਦਾ ਕਾਠ ਦੀ ਹਾਂਡੀ ਬਾਰ-ਬਾਰ ਨਹੀਂ ਚੜਦੀ ਹੈਗੀ ਲੋਕ ਸਭ ਕੁਝ ਕਹਣਗੇ लास्टਵਾਲ ਕੋਡ ਆਫ ਕੰਡਕਟ ਲੱਗਣ ਵਾਲਾ ਵੈ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਪੰਜਾਬ ਚ ਆਮ ਆਦਮੀ ਪਾਰਟੀ ਕਦੋਂ ਸੀਟਾਂ ਉਮੀਦਵਾਰਾਂ ਦਾ ਐਲਾਨ ਕਰੇਗੀ ਔਰ ਕੀ ਲੱਗਦਾ ਕਿੰਨੀਆਂ ਸੀਟਾਂ ਜਿਹੜੀਆਂ ਜਿੱਤੀਆਂ ਜਾ ਸਕਦੀਆਂ ਦੇਖੋ 13 ਸੀਟਾਂ ਨੇ ਪੰਜਾਬ ਵਿਧਾਨ ਸਭਾ ਪੰਜਾਬ ਪਾਰਲੀਮੈਂਟ ਦੀਆਂ ਲੋਕ ਸਭਾ ਦੀਆਂ 13 ਲੋਕ ਸਭਾ ਦੀਆਂ ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਆਪਣੇ ਸਾਰੇ ਗੱਠ ਜੋੜ ਸਾਰਾ ਸਾਡਾ ਜਿਹੜਾ ਸੰਗਠਨ ਸਾਡਾ ਸੰਗਠਨ ਹੈਗਾ ਉਹ ਸੰਗਠਨ ਜਿਹੜਾ ਰਿਵਿਊ ਕਰ ਰਿਹਾ ਔਰ ਸੰਗਠਨ ਦੀਆਂ ਮੀਟਿੰਗਾਂ ਹੋ ਰਹੀਆਂ ਨੇ ਕਿ ਸੰਗਠਨ ਦੇ ਅੰਦਰੋਂ ਜਿਹੜੇ ਸਾਡੇ ਜਿੰਨੇ ਵੀ ਕੈਂਡੀਡੇਟ ਨੇ ਕਿ ਉਹਨਾਂ ਤੇ ਵਿਚਾਰ ਹੋ ਰਿਹਾਗਾ ਜਿਹੜੇ ਵੀ ਅੱਛੇ ਕੈਂਡੀਡੇਟ ਨੇ 13-13 ਉਹ ਸੀ 13ਾਂਗੇ ਔਰ 13 ਸੀਟਾਂ ਜਿਹੜੀਆਂ ਨੇਗੀਆਂ ਆਮ ਆਦਮੀ ਪਾਰਟੀ ਜਿੱਤੂਗੀ ਔਰ ਵਿਰੋਧੀ ਜਿਹੜੇ ਨੇ ਕਿ ਉਹ ਬਿਲਕੁਲ ਮੈਂ ਸਮਝਦਾ ਜ਼ੀਰੋ ਤੇ ਆਊਟ ਹੋਣਗੇ